ਤਾਂ ਉਹਨੇ ਮੈਨੂੰ ਆਵਾਜ਼ ਮਾਰ ਕੇ ਕਹੀ ਕਿ ਭਾਅ ਜੀ ਤੁਸੀਂ ਬਹੁਤ ਗਲਤੀ ਕਰ ਚੁੱਕੇ ਹੋ, ਸਾਰੇ ਟੋਟਲ ਲੁਧਿਆਣੇ ਦਾ ਜਿਹੜਾ ਫੋਰਨ ਕਰੰਸੀ ਚੈਸਟ ਹੈ ਉਹ ਵੀ ਇਹੀ ਹੈ, ਉਹ ਇੱਧਰਲੇ ਪਾਸੇ ਆ ਪੌਂਡ ਅਤੇ ਡੋਲਰ, ਤੁਸੀਂ ਉਹ ਤਾਂ ਛੱਡ ਲਿਆ, ਅਸਲ ਤਾਂ ਉਹ ਸੀ। ਫਿਰ ਦੇਖੋ ਕਿ ਅਸੀਂ ਉਹ ਪੈਸੇ ਭਰ ਲਏ ਅਤੇ ਲੱਦ ਲਏ। ਅੱਛਾ, ਬਾਹਰ ਦੇਖੋ ਲਗਾਤਾਰ ਪੁਲਿਸ ਦੀ ਐਕਟੀਵਿਟੀ ਸੀ, ਕੁਝ ਟਰੱਕ ਚਲਾ ਗਿਆ, ਕੋਈ ਡੀ ਐਸ ਪੀ ਆ ਗਿਆ, ਕੋਈ ਚਲਾ ਗਿਆ ਨਾ, ਉਹ ਬਸ ਜਿੱਦਾਂ ਸਿੰਘਾਂ ਦੀ ਹੁੰਦੀ ਆ ਕਿ ਜੇ ਕਰਨਾ ਹੀ ਆ ਤੇ ਬਿਲਕੁਲ ਵਿੱਚੋਂ ਲੈ ਕੇ ਆਉਣਾ ਆ, ਸ਼ੇਰ ਦੇ ਪੰਜੇ ਚੋਂ ਸ਼ਿਕਾਰ ਲੈਣਾ, ਪੰਜੇ ਚੋਂ ਕੱਢਣੀ ਆ। ਸੀ ਆਰ ਪੀ ਦੇ ਆਲੇ ਦੁਆਲੇ 1 ਕਿਲੋਮੀਟਰ ਵਿੱਚ 4-5 ਥਾਂ 'ਤੇ ਵੱਡੇ ਚੈਕਿੰਗਸ ਦੇ ਨਾਕੇ ਸੀ, ਸੜਕ ਲਗਾਤਾਰ ਚੱਲਦੀ ਸੀ, ਜਿਹ 'ਚੋਂ ਸਦਾ ਹੀ ਸਿਕਿਉਰਿਟੀ ਫੋਰਸਿਸ ਆਉਂਦੇ ਜਾਂਦੇ ਰਹਿੰਦੇ ਸੀ। ਅਤੇ ਉਸ ਬੈਂਕ ਦੇ ਵਿੱਚ ਵੀ ਪੁਲਿਸ ਦੀ ਗਾਰਡ ਸੀਗੀ, ਕੋਈ ਮੇਰਾ ਖਿਆਲ 10 ਕੁ ਬੰਦਿਆਂ ਨੇ। ਸਾਡੇ 'ਚ ਇੱਕ ਖਾਸ ਕਰਕੇ ਹਰਜਿੰਦਰ ਸਿੰਘ ਜਿੰਦਾ ਸ਼ਰਮਾ, ਮਤਲਬ ਉਹ ਐਕਸਪਰਟਾਈਜ਼ ਸੀਗੀ ਬਹੁਤ। ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਪ ਸਿੰਘ ਸਿੱਧੂ ਤੁਹਾਡੇ ਨਾਲ ਸਮੇਂ-ਸਮੇਂ 'ਤੇ ਸਮੇਂ ਦੀਆਂ ਗੱਲਾਂ ਕਰਦਾ ਰਹਿੰਦਾ। ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਖਾੜਕੂ ਸੰਘਰਸ਼ ਦੇ ਦਿਨਾਂ ਦੀ, ਖਾੜਕੂ ਸੰਘਰਸ਼ ਦੀ ਸਾਖੀ 2 ਅਤੇ 1। ਇਹ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਦੀਆਂ ਲਿਖੀਆਂ ਕਿਤਾਬਾਂ ਨੇ, ਅਤੇ ਇਹਨਾਂ ਕਿਤਾਬਾਂ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਸਿੱਖ ਸੰਘਰਸ਼ ਦੇ ਬਾਰੇ ਹੈ। ਉਹ ਸੰਘਰਸ਼ ਜਿਹਨੂੰ ਕੁਛ ਲੋਕ ਕਾਲਾ ਦੌਰ ਕਹਿੰਦੇ ਆ, ਕਿਸੇ ਨੂੰ ਇਹ ਅੱਤਵਾਦ ਲੱਗਦਾ ਹੈ, ਕਿਸੇ ਨੂੰ ਖਾੜਕੂਵਾਦ ਲੱਗਦਾ ਹੈ, ਹਰੇਕ ਦਾ ਆਪਣਾ ਨਜ਼ਰੀਆ। ਪਰ ਅਸੀਂ ਅੱਜ ਭਾਈ ਦਲਜੀਤ ਸਿੰਘ ਬਿੱਟੂ ਦੇ ਨਜ਼ਰੀਏ ਤੋਂ ਤੁਹਾਡੇ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ। ਕੁਛ ਕੁ ਵੱਡੀਆਂ ਘਟਨਾਵਾਂ ਜਿਹੜੀਆਂ ਉਸ ਦੌਰ ਦੇ ਵਿੱਚ ਹੋਈਆਂ, ਉਹਦੇ ਨਾਲ ਜੁੜੇ ਕੀ ਤੱਤ ਸੀ, ਕਿਹੜੀਆਂ ਕਿਹੜੀਆਂ ਸ਼ਖਸੀਅਤਾਂ, ਕਿਹੜੇ ਕਿਹੜੇ ਲੋਕ ਸ਼ਾਮਿਲ ਸੀ, ਉਹ ਸਾਰੀਆਂ ਗੱਲਾਂ ਜਾਣਨ ਦਾ ਯਤਨ ਕਰਦੇ ਹਾਂ। ਉਮੀਦ ਹੈ ਤੁਸੀਂ ਇਸ ਸੱਚ ਦੇ ਨੇੜੇ ਪਹੁੰਚ ਸਕੋਗੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਤੁਸੀਂ ਲੰਮਾ ਟਾਈਮ ਸਿੱਖ ਸੰਘਰਸ਼ ਦੇ ਵਿੱਚ ਰਹੇ ਹੋ ਅਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਜਿਹੜੀਆਂ ਦੱਸਣੀਆਂ ਅੱਗੇ ਲਾਜ਼ਮੀ ਨੇ। 2 ਕਿਤਾਬਾਂ ਆ ਚੁੱਕੀਆਂ ਜਿਨ੍ਹਾਂ ਦਾ ਅਸੀਂ ਜ਼ਿਕਰ ਪਹਿਲਾਂ ਵੀ ਕੀਤਾ, ਪਰ ਇਹਨਾਂ ਕਿਤਾਬਾਂ ਦੇ ਵਿੱਚ ਮੈਂ ਇਹਨਾਂ ਨੂੰ ਬਕਾਇਦਾ ਪੜ੍ਹਿਆ ਅਤੇ ਕੁਛ ਕੁ ਚੀਜ਼ਾਂ ਜਿਹੜੀਆਂ ਮੈਂ ਜਾਣਨੀਆਂ ਚਾਹੁੰਦਾ, ਕਿਉਂਕਿ ਕੁਛ ਕੁ ਚੀਜ਼ਾਂ ਹੋਰ ਹੈ ਜਿਹੜੀਆਂ ਆਮ ਲੋਕ ਪੜ੍ਹ ਨਹੀਂ ਸਕਦੇ, ਉਹ ਸੁਣ ਕੇ ਜਾਂ ਦੇਖ ਕੇ ਜਾਣ ਸਕਦੇ ਆ। ਅਤੇ ਸਭ ਤੋਂ ਵੱਡਾ ਜਿਹੜਾ ਇੱਕ ਐਕਸ਼ਨ ਅਤੇ ਬਹੁਤ ਵੱਡੀ ਬੈਂਕ ਡਕੈਤੀ, ਤੁਸੀਂ ਤਾਂ ਬੈਂਕ ਮਾਂਜਾ ਕਹਿੰਦੇ ਹੋ ਆਪਦੇ ਸ਼ਬਦਾਂ ਦੇ ਵਿੱਚ, ਉਹ ਲੁਧਿਆਣੇ ਹੀ ਲਾਇਆ ਸੀ। ਸੋ ਉਹਦੇ ਬਾਬਤ ਜ਼ਰੂਰ ਦੱਸਿਓ ਕੀ ਕਹਾਣੀ ਸੀ, ਕੌਣ ਕੌਣ ਉਹਦੇ ਵਿੱਚ ਸ਼ਾਮਿਲ ਸੀ, ਅਤੇ ਸ਼ਾਇਦ ਉਸੇ ਦਿਨ 2 ਵੱਡੀਆਂ ਘਟਨਾਵਾਂ ਵੀ ਹੋਈਆਂ ਸੀ, ਇੱਕ ਇਹ ਅਤੇ ਇੱਕ ਪਾਸੇ ਸਿੰਘ ਵੀ ਛੁਡਾਏ ਗਏ ਸੀ। ਹਾਂਜੀ, ਇਹ ਜਿਹੜੀ ਬੈਂਕ ਵਾਲੀ ਮਾਂਜੇ ਵਾਲੀ ਗੱਲ ਆ, ਇਹ ਉਹਨਾਂ ਦਿਨਾਂ 'ਚ ਸਾਰੇ ਸੰਘਰਸ਼ ਨੂੰ ਹਥਿਆਰਾਂ ਦੀ ਬਹੁਤ ਜ਼ਰੂਰਤ ਸੀ ਜੀ, ਅਤੇ ਸਾਨੂੰ ਪੰਥਕ ਕਮੇਟੀ ਅਤੇ KCF ਜਨਰਲ ਲਾਭ ਸਿੰਘ ਉਹਨਾਂ ਨੇ ਕਿਹਾ ਕਿ ਪੈਸੇ ਦੀ ਜ਼ਰੂਰਤ ਆ, 2 ਕਰੋੜ ਪੈਸੇ ਦੀ ਜ਼ਰੂਰਤ ਸੀ, ਅਤੇ ਉੱਧਰ ਅਫਗਾਨਿਸਤਾਨ ਵੱਲ ਕਿਸੇ ਨਾਲ ਸੌਦਾ ਹੋਇਆ ਸੀਗਾ ਲੇਟੈਸਟ ਪੇਪਰ ਬਾਰੇ, ਅਤੇ ਫਿਰ ਸਾਡੀ ਡਿਊਟੀ ਲੱਗਣੀ ਸੀ ਕੁਦਰਤੀ, ਕਿਉਂਕਿ ਅਸੀਂ ਇਹ ਕੰਮ 'ਚ ਪਹਿਲਾਂ ਵੀ ਬਹੁਤ ਕੀਤੇ ਸੀ। ਸਾਡੇ 'ਚ ਇੱਕ ਖਾਸ ਕਰਕੇ ਹਰਜਿੰਦਰ ਸਿੰਘ ਜਿੰਦਾ ਸ਼ਰਮਾ, ਮਤਲਬ ਉਹ ਐਕਸਪਰਟਾਈਜ਼ ਸੀਗੀ ਬਹੁਤ ਜੀ, ਅਤੇ ਫਿਰ ਇਹਨਾਂ ਨੇ ਜ਼ਿੰਮੇਵਾਰੀ ਲਈ ਅਤੇ ਇਹ ਸਾਰਾ ਕੰਮ ਦੀ ਜਿਹੜੀ ਰੀਅਲ ਪਲੈਨਿੰਗ ਸਭ ਕੁਛ ਕੀਤਾ ਹੋਰ ਹਰਜਿੰਦਰ ਜਿੰਦੇ ਨੇ, ਸਤਨਾਮ ਸਿੰਘ ਬਾਵਾ, ਚਰਨਜੀਤ ਸਿੰਘ ਚੰਨੀ ਤਲਵੰਡੀ ਅਤੇ ਮਨਜੀਤ ਸਿੰਘ ਮੰਜੂ ਅੰਮ੍ਰਿਤਸਰ, ਇਹਨਾਂ ਚਾਰਾਂ ਨੇ ਕੀਤਾ ਰੀਅਲ ਕੰਮ ਇਹਨਾਂ ਦਾ। ਬਾਕੀ ਸਾਰੇ ਬੰਦੇ ਕੋਈ 21-22 ਬੰਦੇ ਆ, ਉਹ ਪਹਿਲੇ 1-2 ਦਿਨ ਪਹਿਲਾਂ ਹੀ ਆਏ, ਈਵਨ ਮੈਂ ਉਸ ਰਾਤ ਨੂੰ 1 ਦਿਨ ਪਹਿਲਾਂ ਹੀ ਆਇਆ ਅਤੇ ਮੈਨੂੰ ਦੱਸਿਆ ਗਿਆ ਕਿ ਬਾਕੀ ਸਾਰਿਆਂ ਦਾ ਇਹੀ ਰੋਲ ਹੈ। ਅਤੇ ਫਿਰ ਉਹਨਾਂ ਨੇ ਪੈਸਾ ਜ਼ਿਆਦਾ ਸੀ ਇਸ ਕਰਕੇ ਸਿਲੈਕਟ ਕੀਤਾ, ਕਿਉਂਕਿ ਵੱਡਾ ਬੈਂਕ ਹੀ ਕਰਨਾ ਪੈਣਾ ਸੀ। ਉਹਨਾਂ ਦਿਨਾਂ 'ਚ ਬੈਂਕਾਂ 'ਤੇ ਸਿਕਿਉਰਿਟੀ ਲਾਈ ਗਈ ਸੀ ਅਤੇ ਸ਼ਾਮ ਵੇਲੇ ਸਾਰੀ ਕੈਸ਼ ਇੱਕ ਥਾਂ ਕਰ ਦਿੰਦੇ ਹੁੰਦੇ ਸੀ। ਪੰਜਾਬ ਨੈਸ਼ਨਲ ਬੈਂਕ ਦੀ ਜਿਹੜੀ ਲੁਧਿਆਣੇ ਦਾ ਚੈਸਟ ਸੀਗਾ ਉਹ ਸੀਗਾ ਢੋਲੇਵਾਲ ਚੌਂਕ ਮੰਜੂ ਸਿੰਘ ਦੇ ਨੇੜੇ, ਉਹ ਚੈਸਟ ਸੀ ਜਿਹ 'ਚ ਸਾਰੇ ਲੁਧਿਆਣੇ ਦੀ ਕਰੰਸੀ ਹੁੰਦੀ ਸੀ। ਫਿਰ ਇਹਨਾਂ ਸਿੰਘਾਂ ਨੇ ਉਹ ਸਿਲੈਕਟ ਕੀਤਾ। ਹੁਣ ਤੁਸੀਂ ਪੁੱਛੋ ਕਿ ਸਿਲੈਕਟ ਇੰਨਾ, ਜਾਣੀ ਕਿ ਉਹ ਹਾਈ ਸਿਕਿਉਰਿਟੀ ਵਾਲਾ ਏਰੀਆ ਸੀ, ਉਹ ਕਿਉਂ ਕੀਤਾ? ਉਹ ਬਸ ਜਿੱਦਾਂ ਸਿੰਘਾਂ ਦੀ ਹੁੰਦੀ ਆ ਕਿ ਜੇ ਕਰਨਾ ਹੀ ਆ ਤਾਂ ਬਿਲਕੁਲ ਵਿੱਚੋਂ ਲੈ ਕੇ ਆਉਣਾ ਆ, ਹੈ ਨਾ, ਅਤੇ ਇਵੇਂ ਹੀ ਕਰਨਾ, ਸ਼ੇਰ ਦੇ ਪੰਜੇ ਚੋਂ ਸ਼ਿਕਾਰ ਲੈਣਾ, ਪੰਜੇ ਚੋਂ ਕੱਢਣੀ ਹੈ, ਕਿਉਂਕਿ ਆਲੇ ਦੁਆਲੇ ਦੇਖੋ ਢੋਲੇ ਵਾਲੇ ਚੌਂਕ ਸੀ, ਅੱਗੇ ਇੱਕ ਹੋਰ ਚੌਂਕੀ, ਫਿਰ ਚੌਂਕੀ, ਸਾਰੇ ਪਾਸੇ ਥਾਣੇ ਸੀ ਅਤੇ ਪੱਕੇ ਨਾਕੇ BSF CRP ਦੇ ਆਲੇ ਦੁਆਲੇ, 1 ਕਿਲੋਮੀਟਰ ਵਿੱਚ 4-5 ਥਾਂ 'ਤੇ ਵੱਡੇ ਚੈਕਿੰਗਸ ਦੇ ਨਾਕੇ ਸੀ, ਸੜਕ
लगातार चलती सी जिस सदा ही सिक्योरिटी फोर्सिस आते जाते रहते तो उस बैंक के पुलिस की गार्ड सी कोई मेरा ख्याल दस कु बंदियां दी जिहड़ी थले बैंक की बिल्डिंग बहुत वड्डी सी नाल उन्हां दा इक कॉलेज सीगा थले अंडरग्राउंड भी सी ते सिक्योरिटी वाले अंडरग्राउंड सीगे ਉਹ ਸੀ ਉਹਨਾਂ ਦੀ ਪਰਸਨਲ ਸਿਕਿਉਰਿਟੀ ਵੀ ਸੀ ਤਿੰਨ ਚਾਰ ਬੰਦੇ ਜਿਹੜੇ ਦਨਾਲੀ ਵਾਲੇ ਹੁੰਦੇ ਆ ਇੰਨਾ ਕੁਛ ਸੀ ਬੈਂਕ ਦੇ ਮੁਲਾਜ਼ਮ ਹੀ ਕੋਈ 200-300 ਹੋਣਾ ਆ ਇੰਨਾ ਮੁਲਾਜ਼ਮ ਸੀਗਾ ਅਤੇ ਨਾਲ ਇੱਕ ਕਾਲਜ ਸੀ ਉਹ ਆਉਂਦੇ ਜਾਂਦੇ ਰਹਿੰਦੇ ਸੀ ਕਈ ਉਹਦੇ ਗੇਟ ਸੀਗੇ ਬਹੁਤ ਜ਼ਿਆਦਾ ਆਵੋ ਜਾਈ ਸੀ ਬਾਹਰ ਸਾਈਕਲ ਸਕੂਟਰ ਸਕੈਂਡ ਚਾਹ ਦੀਆਂ ਦੁਕਾਨਾਂ ਦੁਕਾਨਾਂ ਇਹੋ ਜਿਹਾ ਬਹੁਤ ਕੁਛ ਸੀ ਜਿਹੜਾ ਕੰਟਰੋਲ ਕਰਨਾ ਪੂਰਾ ਭੀੜ ਭੜੱਕਾ ਸੀ ਪਰ ਇਹਨਾਂ ਬੰਦਿਆਂ ਦੇ ਦੇਖੋ ਉਦੋਂ ਕਿਸ ਤਰੀਕੇ ਦਾ ਹੈ ਨਾ ਚਾਹ ਅਤੇ ਕਿੰਨੀ ਦ੍ਰਿੜਤਾ ਅਤੇ ਕਿੰਨੀ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਕਿ ਇਹਨਾਂ ਨੂੰ ਪੂਰਾ ਜਾਣੀ ਕਿ ਉਹਨਾਂ ਨੇ ਸਟੱਡੀ ਕੀਤਾ ਕੋਈ 4-5 ਮਹੀਨੇ ਪੂਰਾ ਇਹਨਾਂ ਨੇ ਵਰਕ ਕੀਤਾ ਉੱਥੇ ਨੇੜੇ ਸਾਹਮਣੇ ਇੱਕ ਕੋਈ ਦੁਕਾਨ ਲਈ ਬਿਲਕੁਲ ਕੋਈ ਉੱਥੇ ਬਿਜ਼ਨਸ ਖੋਲ੍ਹਿਆ ਹਾਂ ਸਨਾਮ ਸਿੰਘ ਬਾਵੇ ਨੇ ਏ ਸੀ ਵਾਲਾ ਸ਼ਾਇਦ ਬਿਜ਼ਨਸ ਬੁਜ਼ਨਸ ਖੋਲ੍ਹਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਅਤੇ ਉੱਥੇ ਲੈ ਕੇ ਉਹ ਸਾਰਾ ਦੇਖਿਆ ਅੰਦਰ ਫਿਰ ਟੋਟਲ ਚੈਕਿੰਗ ਕਰ ਲਈ ਫਿਰ ਸਾਰੇ ਜੋ ਲੋਜਿਸਟਿਕਸ ਹੁੰਦੇ ਆ ਉਹ ਇਹਨਾਂ ਨੇ ਇਕੱਠੇ ਕੀਤੇ ਚਰਨਜੀਤ ਸਿੰਘ ਹੋਣਾ ਨੇ ਗੁਰਦੇਵ ਸਿੰਘ ਦੇਬੂ ਹੋਣਾ ਨੇ ਇਹਨਾਂ ਨੇ ਸਾਰਾ ਜੋ ਜਿੱਦਾਂ ਗੱਡੀਆਂ ਸੀਗੀਆਂ ਇੱਕ ਟਰੱਕ ਸੀ ਇੱਕ ਮੈਟਾਡੋਰ ਸੀ 4 ਕਾਰਾਂ ਸੀਗੀਆਂ 2-3 ਮੋਟਰਸਾਈਕਲ ਸੀ ਇਹ ਸਾਰਾ ਕੁਛ ਫਿਰ ਵੈਪਨਸ 20-22 ਬੰਦੇ ਉਹਨਾਂ ਦਿਨਾਂ 'ਚ ਕੋਈ ਬਾਹਲੇ ਵੈਪਨਸ ਨਹੀਂ ਸੀ ਹੁੰਦੇ ਪਰ ਸਾਡੇ ਕੋਲ ਅਸੀਂ ਉਹਨੇ ਵੈਪਨ ਜਿੰਨੇ ਸਮਾਲ ਵੈਪਨਸ ਇਕੱਠੇ ਕੀਤੇ ਫਿਰ ਦੂਸਰੇ ਵੈਪਨਸ ਵੱਡੇ ਵੀ ਜਿੰਨੇ ਹੋ ਸਕਦੇ ਇਕੱਠੇ ਕੀਤੇ ਅਤੇ ਇਹਦੇ ਵਿੱਚ ਬੰਦੇ ਕਾਫੀ ਜ਼ਿਆਦਾ ਸੀਗੇ ਮੇਨ ਬੰਦੇ ਇਹਨਾਂ ਚਾਰਾਂ ਦਾ ਸਾਰੀ ਵੱਡੀ ਪਲੈਨਿੰਗ ਸੀ ਉਸ ਤੋਂ ਬਾਅਦ ਜਿਵੇਂ ਜੇ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਬੰਦੇ ਖੜ੍ਹੇ ਸੀ ਇੱਕ ਬੈਨ ਜਿਹੜੀ ਕਾਲੇ ਸ਼ੀਸ਼ਿਆਂ ਵਾਲੀ ਸੀ ਉਹ ਬਿਲਕੁਲ ਬੈਂਕ ਦੇ ਬਾਹਰ ਮੇਨ ਸੜਕ 'ਤੇ ਖੜ੍ਹੀ ਸੀ ਜਿਹਨੇ ਇਨ ਪਿਕਚਰ ਨਹੀਂ ਸੀ ਆਉਣਾ ਨਾ ਉਹ ਇਨ ਪਿਕਚਰ ਆਈ ਨਾ ਕਿਸੇ ਨੂੰ ਪਤਾ ਲੱਗ ਗਿਆ ਉਹਦੇ ਵਿੱਚ ਕੇ ਸੀ ਸ਼ਰਮਾ ਇੱਕ ਆਪਣੇ ਫੌਜ 'ਚ ਛੱਡ ਕੇ ਸਿੰਘ ਆਇਆ ਸੀ ਬਲਵੀਰ ਸਿੰਘ ਫੌਜੀ ਬਹੁਤ ਐਕਸਪਰਟ ਸੀਗਾ ਇੱਕ ਜਨਰਲ ਲਾਭ ਸਿੰਘ ਤਿੰਨ ਜਿਹੜੇ ਵੱਡੇ ਵੈਪਰਸ ਨਾਲ ਐਲ ਐਮ ਜੀਜ਼ ਨਾਲ ਬੈਠੇ ਸੀ ਉਹ ਕਵਰ ਵਾਸਤੇ ਸੀ ਹਾਂ ਕਵਰ ਜੇ ਕਿਤੇ ਬਾਹਰੋਂ ਕੋਈ ਫੋਰਸਿਸ ਆਉਂਦੀ ਇੱਕਦਮ ਉਹਨਾਂ 'ਤੇ ਅਟੈਕ ਕਰਨਾ ਉਹ 'ਚ G3 ਰਾਈਫਲ ਵੀ ਸੀ ਅਮੈਰੀਕਨ ਉਹ ਬੈਠੇ ਸੀ ਉਸ ਤੋਂ ਬਾਅਦ ਜਿਹੜਾ ਬੈਂਕ ਵਾਲਾ ਅੰਦਰਲਾ ਹਿੱਸਾ ਲਈਏ ਜਿੱਥੇ ਸਾਈਕਲ ਸਟੈਂਡ ਚਾਲ ਆਉਣ ਜਾਣ ਵਾਲਾ ਦਲਾਨ ਸੀ ਬਹੁਤ ਵੱਡਾ ਉਹਦਾ ਜਾਣੀ ਕਿ ਮੇਨ ਜਿਹੜਾ ਸਾਰਾ ਕੰਟਰੋਲ ਸੀ ਆਪਣੇ ਸਿੰਘ ਸੀਗੇ ਗੁਰਮੀਤ ਸਿੰਘ ਟੋਨੀ ਅਜਮੇਰ ਸਿੰਘ ਪ੍ਰਧਾਨ ਅਤੇ ਸਿੰਘ ਸੀਗਾ ਆਪਣੇ ਰਾਜੂ ਇੱਥੋਂ ਦਾ ਲੋਕਲੀ ਸੀ ਇਹ ਸੀ ਜਿਹੜੇ ਛੋਟੇ ਵੈਪਰਸ ਨਾਲ ਇਹਨਾਂ ਨੇ ਉਹ ਸਾਰਾ ਕੁਛ ਵੀ ਆਪ ਹੀ ਕਬਜ਼ਾ ਕਰ ਲਿਆ ਉਹਨਾਂ ਤੋਂ ਲੈ ਲਿਆ ਉਹਨਾਂ ਨੂੰ ਅੰਦਰ ਕਰ ਦਿੱਤਾ ਆਪ ਹੀ ਚਾਹ ਆਪੇ ਸਾਈਕਲ ਸਟੈਂਡ ਕਰਨ ਲੱਗ ਪਏ ਇਹ ਸੀਗੀ ਅਤੇ ਉਸ ਤੋਂ ਬਾਅਦ ਜਿਹੜੇ ਗੇਟਸ ਅਤੇ ਸਿੰਘ ਸੀ ਦੋ ਵੱਡੇ ਗੇਟਸ ਫਿਰ ਬਾਅਦ 'ਚ ਅਸੀਂ ਇੱਕ ਬੰਦ ਕਰ ਦਿੱਤਾ ਅਤੇ ਅੰਦਰ ਉਹਦੇ ਵਿੱਚ ਹੋਰ ਬੰਦੇ ਜਿੱਦਾਂ ਅਸੀਂ ਸੀ ਮੈਂ ਸੀਗਾ ਮਥੁਰਾ ਸਿੰਘ ਸੀ ਚਰਨਜੀਤ ਸਿੰਘ ਤਲਵੰਡੀ ਫਿਰ ਗੁਰਦੇਵ ਸਿੰਘ ਸਤੀਆਵਾਲਾ ਬਾਬੂ ਬਲਕੀਤ ਸਿੰਘ ਸ਼ਰਮ ਸਿੰਘ ਗਾਮਾ ਰਾਜਵਿੰਦਰ ਸਿੰਘ ਰਾਜੀ ਅਜਮੇਰ ਸਿੰਘ ਪ੍ਰਧਾਨ ਅਤੇ ਹੋਰ ਮਨਜੀਤ ਸਿੰਘ ਮੰਜੂ ਸੁਨਾਮ ਸਿੰਘ ਬਾਵਾ ਬਾਬਾ ਧੰਨਾ ਸਿੰਘ ਜਿਨ੍ਹਾਂ ਨੇ ਰਿਵੀਰੋ 'ਤੇ ਅਟੈਕ ਕੀਤਾ ਸੀ ਉਹ ਵੀ ਸੀਗੇ ਵਿੱਚ ਅਤੇ ਹੋਰ ਮੇਰਾ ਖਿਆਲ ਹੋ ਗਏ ਹੋਣਗੇ ਹੋਰ ਸ਼ਾਇਦ ਮੇਰੇ ਤੋਂ ਕੋਈ ਵਿਸਰ ਗਿਆ ਹੋਵੇ ਇਸ ਤਰ੍ਹਾਂ ਯਾਦ ਨਹੀਂ ਜਾਣੀ ਕਿ ਟੋਟਲ 20-22 ਬੰਦੇ ਸੀਗੇ ਅਸੀਂ ਅਤੇ ਇਹਨਾਂ ਸਾਰੇ ਬੜੇ ਮੇਨ ਬੰਦੇ ਸੀਗੇ ਉਸ ਸਮੇਂ 'ਚ ਐਡੀ ਜਿਹੜੀ ਫੋਰਸ ਇੱਕ ਤਾਂ ਇਕੱਠੀ ਹੋਣੀ ਸਾਰੇ KCF ਦੇ ਸੀਗੇ ਜ਼ਿਆਦਾ KCF ਵਾਲੇ ਫੈਡਰੇਸ਼ਨ ਵਾਲੇ ਹਾਂ ਉਹੀ ਸੀਗੇ ਅਤੇ ਇਹ ਸਾਰੇ ਸੀਗੇ ਜੀ ਫਿਰ ਬੈਂਕ ਦਾ ਅਸੀਂ ਕੀਤਾ ਕਿ ਬੈਂਕ ਕੋਈ ਖੁੱਲ੍ਹਦਾ ਸੀ 9 ਵਜੇ ਸ਼ਾਇਦ ਅਸੀਂ ਪਹਿਲਾਂ ਹੀ ਚਲੇ ਗਏ ਪਹਿਲਾਂ ਮੈਂ ਦੱਸਾਂ ਕਿ ਅਸੀਂ ਇਹ 12 ਤਰੀਕ ਨੂੰ ਬੈਂਕ ਦਾ ਹੋਇਆ ਅਸੀਂ 11 ਤਰੀਕ ਨੂੰ ਕੋਸ਼ਿਸ਼ ਕੀਤੀ 87 ਹਾਂ ਫੈਬਰੀ 11-87 ਨੂੰ ਪਰ 11 ਤਰੀਕ ਨੂੰ ਕੋਈ ਗੱਲ ਹੋ ਗਈ ਉਹ ਹੋਇਆ ਨਹੀਂ ਫਿਰ 12 ਤਰੀਕ ਨੂੰ ਉਹ ਸਾਡੀ ਪਲੈਨਿੰਗ ਇਹ ਸੀ ਕਿ ਬੈਂਕ ਤੋਂ ਪਹਿਲਾਂ ਹੀ ਚਲੇ ਜਾਣਾ ਸਭ ਤੋਂ ਪਹਿਲਾਂ ਜਾਣੀ ਕਿ ਪੁਲਿਸ ਯੂਨੀਫਾਰਮ 'ਚ ਇੱਕ ਜਾਣੀ ਕਿ ਜਿਪਸੀ ਪੁਲਿਸ ਵਾਲੀ ਹੈ ਨਾ ਅਤੇ ਪੁਲਿਸ ਯੂਨੀਫਾਰਮ 'ਚ ਇੱਕ DSP ਇੰਸਪੈਕਟਰ ਬਣ ਕੇ ਜਿਹੜਾ ਬਾਬਾ ਧੰਨਾ ਸਿੰਘ ਅਤੇ ਸੁਨਾਮ ਸਿੰਘ ਬਾਬਾ ਉਹ ਸੀਗੇ ਪੁਲਿਸ ਵਾਲੇ ਉਹ ਬਣ ਕੇ ਆਏ ਨਾਲ 303 ਅਤੇ SLR ਬਾਬੂ ਮਲਕੀਤ ਸਿੰਘ ਰਾਜਵਿੰਦਰ ਸਿੰਘ ਰਾਜੀ ਗੁਰਸ਼ਰਨ ਸਿੰਘ ਗਾਮੀ ਅਤੇ ਗੁਰਦੇਵ ਸਿੰਘ ਛੋਟੇ ਗੁਰਦੇਵ ਹੋਣੀ ਹੈ ਨਾ ਉਹ ਆਏ 6 ਜਿਹੜੀ
ਉਹ ਸਭ ਤੋਂ ਪਹਿਲਾਂ ਆਏ ਤੇ ਉਹਨਾਂ ਨੇ ਆ ਕੇ ਯਾਨੀ ਕਿ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਉਹ ਜਿਹੜੀ ਗਾਰਡ ਦੀ ਹੁੰਦੀ ਉਸ ਵੇਲੇ ਤਾਂ ਉਹ ਗਾਰਡ ਵਾਲੇ ਜ਼ਿਆਦਾ ਛੁੱਟੀ ਛੁੱਟੀ ਦੇ ਰਹਿੰਦੇ, ਉਹਨਾਂ ਨੂੰ ਲੱਗਿਆ ਕਿ ਉੱਤੋਂ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦਾ ਇੰਸਪੈਕਸ਼ਨ ਆ ਗਈ ਤੇ ਉਹ ਵਿਚਾਰਿਆਂ ਨੂੰ ਬਹੁਤ ਫਿਕਰ ਪੈ ਗਿਆ ਕਿ ਫਸ ਗਿਆ ਹੈ ਨਾ। ਉਹ ਤਾਂ ਇਹਨਾਂ ਨੇ ਲਾਈਨ ਅਪ ਕਰ ਲਿੱਤੇ ਤੇ ਲਾਈਨ ਅਪ ਕਰਕੇ ਤੇ ਉਹਨਾਂ ਸਾਰਿਆਂ ਤੋਂ ਵੈਪਨ ਲੈ ਲਏ ਤੇ ਉਹਨਾਂ ਨੂੰ ਫਿਰ ਬੰਦ ਕਰਦਾ, ਉਹਨੂੰ ਦੱਸਤਾ ਕਿ ਭਾਈ ਅਸੀਂ ਆਏ ਹੁਣ ਤੁਸੀਂ ਅੰਦਰ ਬੰਦ ਹੋ ਜਾਓ। ਉਹਨਾਂ ਨੂੰ ਇੱਕ ਥੱਲੇ ਸੈਲਰ ਦੇ ਵਿੱਚ ਬੰਦ ਕਰਤਾ ਜਿੰਨੇ ਸੀਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਉੱਥੇ ਚਲੇ ਗਏ। ਉਹਨਾਂ ਨੇ ਦਰਵਾਜ਼ੇ ਖੋਲ੍ਹ ਦਿੱਤੇ, ਫਿਰ ਅਸੀਂ ਆਪਣੀਆਂ ਪੋਜੀਸ਼ਨਸ ਲੈ ਲਈਆਂ ਬਾਹਰ, ਯਾਨੀ ਕਿ ਜਿਹੜੇ ਜਿਹੜੇ ਬੰਦੇ ਆਏ ਗਏ। ਉਸ ਤੋਂ ਬਾਅਦ ਦੇਖੋ ਕਿ ਨਹੀਂ ਜਿਹੜਾ ਜਿਹੜਾ ਜਿੰਨਾ ਸਾਈਕਲ ਸਟੈਂਡ ਵਾਲਾ ਆਇਆ, ਕੋਈ ਚਾਹ ਵਾਲਾ ਆਇਆ, ਉਹਨਾਂ ਨੂੰ ਅੰਦਰ ਬੁਲਾ ਲੈਂਦੇ ਸੀ ਆਰਾਮ ਨਾਲ, ਪਿਆਰ ਨਾਲ ਉਹਨਾਂ ਨੂੰ ਅੰਦਰ ਬੰਦ ਕਰ ਦਿੰਦੇ ਸੀ ਡਿਫਰੈਂਟ ਸੈਲਰਸ ਦੇ ਵਿੱਚ ਨਾ, ਜਿੱਥੇ ਉਹ ਦੇਖ ਨਾ ਸਕੇ। ਇਸੇ ਤਰ੍ਹਾਂ ਜਿਹੜੇ ਜਿਹੜੇ ਫਿਰ ਮੁਲਾਜ਼ਮ ਆਏ ਜਾਂ ਗਾਹਕ ਆਏ, ਉਹ ਵੀ ਉਹਨਾਂ ਨੂੰ ਪਤਾ ਤਾਂ ਹੈ ਨਹੀਂ ਸੀ, ਬਾਹਰ ਦੋ ਹੀ ਗੇਟਾਂ 'ਤੇ ਪੁਲਿਸ ਵਾਲੇ ਸਾਡੇ ਖੜ੍ਹੇ ਸੀ, ਉਹਨਾਂ ਨੂੰ ਕੀ ਪਤਾ ਕੌਣ ਪੁਲਿਸ ਵਾਲਾ। ਅਤੇ ਈਵਨ ਜਿਹੜੇ ਗਾਰਡ ਉਹਨਾਂ ਦੇ ਪਰਸਨਲ ਪ੍ਰਾਈਵੇਟ ਵਾਲੇ ਸੀ, ਉਹ ਜਿਹੜੇ ਜਿਹੜੇ ਆਈ ਗਏ, ਅਸੀਂ ਉਹਨਾਂ ਨੂੰ ਦੱਸ ਕੇ ਗੱਲ ਉਹਨਾਂ ਨੂੰ ਪਿਆਰ ਨਾਲ, ਲੇਡੀਜ਼ ਨੂੰ ਲੈ ਦਾ, ਸਟਾਫ ਨੂੰ ਇੱਧਰ ਉੱਧਰ, ਇਹ ਕਰਦੇ ਰਹੇ। ਫਿਰ ਗੇਟਾਂ ਦੀ ਜ਼ਿੰਮੇਵਾਰੀ ਸੀਗੀ ਆਪਣੀ ਮਥੁਰਾ ਸਿੰਘ ਹੁਣਾਂ ਦੀ ਅਤੇ ਅਜਮੇਰ ਸਿੰਘ ਪ੍ਰਧਾਨ ਇਹਨਾਂ ਦੀ ਸੀਗੀ, ਅਤੇ ਜਾਂ ਫਿਰ ਪੁਲਿਸ ਵਾਲੇ ਸੀ ਬਾਪੂ ਮਲਕੀਤ ਸਿੰਘ, ਸ਼ਰਨ ਸਿੰਘ ਆਮਾ, ਇਹ ਸੀਗੇ। ਇੱਕ ਗੇਟ ਅਸੀਂ ਬੰਦ ਕਰਤਾ ਸੀ, ਕੋਈ ਗੇਟ 'ਤੇ ਸਾਰੀ ਟ੍ਰੈਫਿਕ ਆਉਣ ਦਿੱਤੀ ਅਤੇ ਕਿਸੇ ਨੂੰ ਹਾਲੇ ਕੋਈ ਸ਼ੱਕ ਨਹੀਂ ਸੀ ਪਈ। ਫਿਰ ਆਉਣੇ ਜਾਣੇ ਸ਼ੁਰੂ ਹੋ ਗਏ, ਅਸੀਂ ਫਿਰ ਉਹਨਾਂ 'ਚੋਂ ਦੇਖ ਲਿਆ ਕਿ ਉਹ, ਕਿਉਂਕਿ ਬਹੁਤ ਜਿੰਦੇ ਹੋਣੀ ਤਾਂ ਉੱਥੇ ਬੈਂਕ 'ਚ ਜਾਂਦੇ ਸੀ, ਉਹਨਾਂ ਨੂੰ ਪਤਾ ਸੀ ਕਿ ਕਿਹੜਾ ਮੈਨੇਜਰ ਆ ਕੀ ਆ। ਉਹਨਾਂ ਨੇ ਫਿਰ ਜਿਹੜਾ ਮੇਨ ਜਿਹੜੇ ਦੋ ਕੁ ਬੰਦੇ ਸੀਗੇ ਉਹ ਬਿਠਾ ਲਏ ਕੋਲ, ਫਿਰ ਉਹਨਾਂ ਦੀ ਆਈਡੈਂਟੀਫਿਕੇਸ਼ਨ ਸ਼ੁਰੂ ਕਰਤੀ ਕਿ ਜਿਹੜੇ ਚੈਸਟ ਦੀ ਜਿਹੜੀ ਇਹ ਕੋਂਬੀਨੇਸ਼ਨ ਮਿਲਣੀ ਹੁੰਦੀ ਹੈ ਨਾ, ਅਤੇ ਉਹ ਸਾਰੇ ਕਿਹੜੇ ਕਿਹੜੇ ਬੰਦੇ ਉਹ ਲੈਦਾ ਕੱਢ ਲਏ, ਜਿੰਨੇ ਬੈਂਕ ਦੇ ਅਲਾਰਮ ਸਿਸਟਮ ਸੀ ਹੋਰ, ਉਹ ਸਾਰੇ ਉਹਨਾਂ ਨੂੰ ਪਤਾ ਕਰਕੇ ਉਹ ਸਾਰੇ ਔਫ ਕਰ ਦਿੱਤੇ ਅਤੇ ਸਾਰੇ ਪੜਦੇ ਪੁੜਦੇ ਲਾ ਦਿੱਤੇ। ਉਹ ਪਹਿਲਾਂ ਹੀ ਕਰ ਲਿਆ ਸੀ ਸਭ ਕੁਛ, ਕਿਉਂਕਿ ਪਤਾ ਸੀ, ਬਹੁਤ ਜ਼ਿਆਦਾ ਜਿਹੜੀ ਰੈਕੀ ਸੀਗੀ, ਟੋਟਲ ਨੌਲੇਜ ਸੀਗੀ। ਅਤੇ ਉਹ ਵੱਡੇ ਅਫਸਰ ਆਏ, ਉਹਨਾਂ ਨੂੰ ਬਿਠਾ ਲਿਆ ਅਤੇ ਦੂਸਰਿਆਂ ਨੂੰ ਇਸ ਤਰ੍ਹਾਂ ਅਸੀਂ ਸੈਗਰੀਟ ਕਰਦੇ ਰਹੇ। ਲੇਡੀਜ਼ ਉਹਨਾਂ ਨੂੰ ਬੜੇ ਪਿਆਰ ਨਾਲ, ਯਾਨੀ ਕਿ ਮੈਂ ਅਤੇ ਹੋਰ ਸਿੰਘ ਨੇ ਉਹਨਾਂ ਨੂੰ ਸਮਝਾਇਆ। ਅਸੀਂ ਹੋਰ ਵੀ ਜਿੱਦਾਂ ਪੰਜਾਬ ਜਾਂ ਬਾਹਰ ਬੈਂਕਾਂ 'ਚ ਇਸ ਤਰੀਕੇ ਨਾਲ ਉਹਨਾਂ ਨੂੰ ਬਿਠਾ ਕੇ ਯਾਨੀ ਕਿ ਸਮਝਾਉਂਦੇ ਹੁੰਦੇ ਸੀ ਕਿ ਅਸੀਂ ਤੁਹਾਨੂੰ ਕੋਈ ਖਤਰਾ ਨਹੀਂ, ਨਾ ਤੁਹਾਡੇ ਪੈਸੇ ਨਹੀਂ, ਨਾ ਤੁਹਾਨੂੰ, ਤੁਸੀਂ ਸਾਡਾ ਸਹਿਯੋਗ ਦਿਓ ਅਸੀਂ ਸਟੇਟ ਦੇ ਖਿਲਾਫ਼। ਜਿੱਦਾਂ ਪੰਜਾਬ 'ਤੇ ਅਸੀਂ ਸਿੱਧੇ ਕਹਿੰਦੇ ਸੀ ਅਸੀਂ ਸਟੇਟ ਨਾਲ ਖਿਲਾਫ਼ ਲੜਨ ਵਾਲੇ ਹੈ ਨਾ, ਖਾਲਿਸਤਾਨ ਵਾਲੇ ਅਸੀਂ ਹੈਗੇ ਹਾਂ ਅਤੇ ਇਹ ਪੈਸਾ ਸਾਡਾ ਆ ਅਤੇ ਸੰਘਰਸ਼ ਲਈ ਵਰਤ ਰਹੇ, ਇਸ ਕਰਕੇ ਤੁਹਾਨੂੰ ਕੋਈ ਪ੍ਰੋਬਲਮ ਆਰਾਮ ਨਾਲ ਸਹਿਯੋਗ। ਬਾਹਰ ਅਸੀਂ ਹੋਰ ਤਰੀਕੇ ਨਾਲ ਕਰਦੇ ਹੁੰਦੇ ਸੀ, ਉੱਥੋਂ ਅਸੀਂ ਕਲੀਅਰ, ਉੱਥੇ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਯਾਨੀ ਕਿ ਇਹ ਯਾਨੀ ਕਿ ਸਰਕਾਰ ਯਾਨੀ ਕਿ ਇਹ ਲੋਟੂਆਂ ਦੀ ਸਰਕਾਰ ਆ, ਅਸੀਂ ਲੋਕਾਂ ਲਈ ਸੰਘਰਸ਼ ਕਰ ਰਹੇ ਹਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਇਹ ਲੋਕਾਂ ਦਾ ਪੈਸਾ ਆ। ਉੱਥੇ ਵੀ ਲੋਕ ਭਾਜੀ, ਇੱਕ ਹੋਰ ਵੀ ਗੱਲ ਮੈਂ ਪੜ੍ਹੀ ਹੈ ਤੁਹਾਡੀ ਕਿਤਾਬ ਦੇ ਵਿੱਚ ਕਿ ਉੱਥੇ ਜਿਹੜੇ ਗਾਹਕ ਹੁੰਦੇ ਸੀ, ਜੇ ਉਹਨਾਂ ਦਾ ਪੈਸਾ ਜਮ੍ਹਾਂ ਨਹੀਂ ਹੋਇਆ ਹੁੰਦਾ ਸੀ ਤਾਂ ਉਹਦੀਆਂ ਰਸੀਦਾਂ ਵਗੈਰਾ ਵੀ ਦਿੰਦੇ ਸੀ ਵੀ ਭਾਈ ਇਹ ਤੁਹਾਡਾ ਪੈਸਾ ਇੱਧਰ ਆ ਗਿਆ, ਉਦੋਂ ਬਾਅਦ ਇਹ ਸਾਡਾ ਹੋ ਗਿਆ। ਹਾਂ, ਦੋ ਤਿੰਨ ਥਾਂ 'ਤੇ ਹੋਇਆ ਕਿ ਉਹ ਪੈਸਾ, ਕਿਉਂਕਿ ਕਾਊਂਟਰ 'ਤੇ ਉਹ ਜਮ੍ਹਾਂ ਹੋ ਗਿਆ ਹੁੰਦਾ, ਉਹ ਫਿਰ ਜਿਹਨਾਂ ਨੇ ਮੰਗਿਆ ਸੀ ਉਹਨਾਂ ਨੂੰ ਮੋੜ ਦਿੱਤਾ, ਪੁੱਛਿਆ ਕਿ ਕਿਸੇ ਦਾ ਪੈਸਾ ਤਾਂ ਨਹੀਂ ਹੈ, ਅਸੀਂ ਮੋੜ ਦਿੰਦੇ ਸੀਗੇ। ਇਸੇ ਤਰੀਕੇ ਨਾਲ ਬਾਹਰ ਅਸੀਂ ਇਸ ਤਰੀਕੇ ਨਾਲ ਹਿੰਦੀ ਜਾਂ ਇੰਗਲਿਸ਼ ਕਰਦੇ ਸੀ, ਉਹਨਾਂ ਨੂੰ ਕੁਛ ਨਹੀਂ ਸੀ ਪਤਾ ਲੱਗਦਾ, ਉਹ ਬੜੇ ਹੀ ਖੁਸ਼ ਹੋ ਕੇ ਬਹਿ ਜਾ। ਸਾਨੂੰ ਕਦੀ ਕਿਸੇ ਨੇ ਵਿਰੋਧ ਨਹੀਂ ਕੀਤਾ, ਦੋ ਤਿੰਨ ਥਾਂ 'ਤੇ ਕਿਸੇ ਗਾਰ ਜਾਂ ਕਿਸੇ ਨੇ ਕੀਤਾ ਜਿਹਨੂੰ ਥੋੜ੍ਹਾ ਬਹੁਤਾ ਧੱਕਾ ਮੁੱਕੀ ਜਾਂ ਇੱਕ ਥਾਂ ਥੱਪੜ ਮਾਰਨਾ ਪਿਆ, ਕਦੀ ਵਾਇਲੈਂਸ ਨਹੀਂ ਹੋਇਆ, ਸਾਰਿਆਂ ਨੇ ਸਹਿਯੋਗ ਕੀਤਾ। ਅਤੇ ਬਾਅਦ 'ਚ ਵੀ ਸਾਨੂੰ ਜਿੱਦਾਂ ਹੁਣ ਇੱਥੇ ਸੀ ਬੀ ਆਈ ਕੋਲ ਯੂਨੀਵਰਸਿਟੀ, ਇਹ ਵੀ ਕਹਿੰਦੇ ਕਿ ਜਿਹੜੇ ਜਿੰਨੇ ਮੁਲਾਜ਼ਮ ਉਹ ਤਾਂ ਤੁਹਾਡੇ ਯਾਨੀ ਕਿ ਫੈਨ ਸੀ, ਉਹ ਸਾਰੇ ਉਹਨਾਂ ਨੇ ਸਾਡੇ ਨਾਲ ਸਹਿਯੋਗ ਹੀ ਨਹੀਂ ਕੀਤਾ, ਕਿ ਉਹ ਕਹਿੰਦੇ ਉਹ ਬੰਦੇ ਗਲਤ ਹੀ ਨਹੀਂ ਹੋ ਸਕਦੇ, ਹੈ ਨਾ। ਇੱਕ ਬੀਬੀ ਨੇ ਤਾਂ ਕਹਿੰਦੇ ਪ੍ਰਸ਼ਾਦ ਵੀ ਦਿੱਤਾ ਤੁਹਾਨੂੰ, ਹੈ ਨਾ। ਹਾਂ, ਇੱਕ ਬੀਬੀ ਆਈ ਸੀ ਉੱਦਣ, ਸੰਗਰਾਂਦ ਸੀਗੀ, 12 ਫਰਵਰੀ, ਉਹਨੇ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ। ਇੱਕ ਹੋਰ ਕੋਈ ਕੁੜੀਆਂ ਸੀਗੀਆਂ, ਉਹਨਾਂ ਨੇ ਵੀ ਜਾਣੀ ਕਿ ਬੜਾ ਚੰਗਾ ਜਾਣੀ ਕਿ ਰਿਸਪੋਂਸ ਸੀਗਾ ਜੀ, ਕਿਉਂਕਿ ਅਸੀਂ ਕਦੀ ਕਿਸੇ ਨੂੰ ਪੈਸੇ ਲਈ ਹਾਰਮ ਨਹੀਂ ਕੀਤਾ, ਇਹ ਸਾਡੇ ਟੋਟਲੀ ਸੰਘਰਸ਼ ਦੀ ਪੋਲਿਸੀ ਸੀ, ਅਤੇ ਪੈਸੇ ਪਿੱਛੇ ਬੰਦਾ ਨਹੀਂ ਮਾਰਿਆ ਜਾ ਸਕਦਾ, ਅਤੇ ਪ੍ਰਾਈਵੇਟ ਪੈਸੇ ਨਾਲ ਤਾਂ ਸਾਡਾ ਮਤਲਬ ਹੈ ਨਹੀਂ ਸੀ। ਅਸੀਂ ਬੈਂਕ ਵੀ ਨੈਸ਼ਨਲਾਈਜ਼ਡ ਹੀ ਕਰਦੇ ਸੀ, ਕੋਆਪਰੇਟਿਵ ਜਾਂ ਇੱਦਾਂ ਬੈਂਕ ਉਹਨਾਂ ਦਾ ਨਹੀਂ ਸੀ ਕਰਦੇ ਹੁੰਦੇ। ਅਤੇ ਫਿਰ ਉਹ ਬੰਦੇ ਆ ਗਏ, ਉਹਨਾਂ ਨੂੰ ਫਿਰ ਦੱਸ ਦਿੱਤਾ ਜਿਹੜੇ ਸੀਨੀਅਰ ਸੀਗੇ ਕਿ ਭਾਈ ਅਸੀਂ, ਸਾਨੂੰ ਪੈਸਾ ਚਾਹੀਦਾ, ਤੁਸੀਂ ਖੋਲ੍ਹੋ। ਉਹ ਸਿਆਣੇ ਬੰਦੇ ਹੁੰਦੇ, ਉਹਨਾਂ ਨੇ ਖੋਲ੍ਹ ਦਿੱਤਾ ਸਾਰਾ ਕੁਛ ਜਾ ਕੇ ਥੱਲੇ। ਥੱਲੇ ਉਹ ਚੈਸਟ ਸੀਗਾ, ਉਹ 'ਚ ਕੋਈ 20 ਕਰੋੜ ਰੁਪਈਆ ਸੀਗਾ, ਉਹ 'ਚ ਜ਼ਿਆਦਾ ਕਰੰਸੀ ਸੀਗੀ, ਨਵੀਂ ਆਈ ਬਿਲਕੁਲ ਹੀ। ਉਹ ਫਿਰ ਅਸੀਂ ਸੋਚਿਆ ਕਿ ਨਵੀਂ ਨੂੰ ਤਾਂ ਕੀ ਹੱਥ ਲਾਉਣਾ, ਕਿ ਜਿਹੜਾ ਪੁਰਾਣਾ ਸੀਗਾ ਕੋਈ 6 ਕਰੋੜ ਉਹ ਅਸੀਂ ਲੈ ਲਿਆ। ਅਤੇ ਲੈਣਾ ਕਿੰਨਾ ਸੀ ਤੁਸੀਂ?
ਅਸੀਂ ਚਾਹੀਦਾ ਤਾਂ ਸਾਨੂੰ 2 ਕਰੋੜ ਸੀਗਾ, 2 ਕਰੋੜ ਲਈ ਆਏ ਸੀ ਨਾ ਅਸੀਂ ਮਥੁਰਾ ਸਿੰਘ। ਫਿਰ ਕਿਉਂ ਅਰਦਾਸ ਉੱਥੇ 2 ਕਰੋੜ ਅਸੀਂ ਇੰਨੇ ਪੈਸੇ ਦੀ ਜਾਣੀ ਕਿ ਆਏ ਸੀਗੇ, ਅਤੇ ਉਹ ਫਿਰ ਬੋਰੀਆਂ ਲੈ ਕੇ ਆਏ ਸੀ। ਉਹਨਾਂ ਦਿਨਾਂ 'ਚ ਕੋਈ 500 ਜਾਂ 2000 ਦੇ ਨੋਟ ਨਹੀਂ ਸੀ ਹੁੰਦੇ, 100 ਦੇ ਹੁੰਦੇ ਸੀ, ਅਤੇ ਪੈਸਾ ਚੱਕਣਾ ਬਹੁਤ ਔਖਾ ਹੁੰਦਾ ਸੀ, ਭਾਰਾ ਹੋ ਜਾਂਦਾ ਸੀ। ਇੱਕ ਬੋਰੀ 'ਚ ਕੋਈ 10-12 ਲੱਖ ਆਉਂਦਾ ਹੁੰਦਾ ਸੀ, ਅਤੇ ਬਾਰੀ ਬੋਰੀ ਚੱਕਣੀ ਕਾਫੀ ਔਖੀ ਹੁੰਦੀ ਹੁੰਦੀ ਸੀ, ਸੌਖਾ ਨਹੀਂ ਸੀ ਹੁੰਦਾ। ਅਸੀਂ ਕਾਫੀ ਕੋਈ 25-30 ਬੋਰੀਆਂ ਭਰ ਗਈਆਂ ਹੋਣੀਆਂ। ਉੱਥੇ ਕੁਦਰਤੀ ਕੁਛ ਲੇਬਰ ਵਾਲੇ ਬੰਦੇ ਸੀਗੇ, 10-12 ਉਹ ਆ ਗਏ, ਉਹਨਾਂ ਨੇ ਉਹ ਲੇਬਰ ਨੇ ਬੋਰੀ ਚੱਕ ਕੇ ਨਾਲ ਪੁਲਿਸ ਮੈਨਾਂ ਨੇ ਬਾਹਰ ਮੈਟਾਡੋਰ 'ਚ ਭਰੀ। ਤੁਹਾਨੂੰ ਲੇਬਰ ਵਾਲੀ ਵੀ ਗੱਲ ਦੱਸਦਾ ਕਿ ਲੋਕਾਂ ਨਾਲ ਜਦੋਂ ਅਸੀਂ ਬਾਅਦ 'ਚ ਗਏ, ਅਸੀਂ ਉਹਨਾਂ ਨੂੰ ਲੇਬਰ ਵਾਲਿਆਂ ਨੂੰ ਕਿਹਾ ਕਿ ਤੁਸੀਂ ਬੋਰੀਆਂ ਭਰਦੇ ਹੋ, ਤੁਸੀਂ ਚੱਕ ਲਓ ਵਿੱਚੋਂ ਜਿੰਨਾ ਚੱਕਣਾ, ਜਿੱਦਾਂ ਨਾ ਕਿ ਤੁਸੀਂ ਜੇ ਚਾਹੀਦਾ ਵਿੱਚੋਂ ਲੈ ਲਓ। ਉਹ ਦੇਖੋ ਆਪ ਜਿਹੜਾ ਬੰਦਾ ਹੁੰਦਾ ਆ, ਗਰੀਬ ਬੰਦਾ ਜਿਹੜਾ ਦਬਿਆ ਆ ਸਟੇਟ ਦੇ ਪ੍ਰੈਸ਼ਰ ਨਾਲ, ਕਿੱਦਾਂ ਹੁੰਦਾ ਕਿ ਉਹਨਾਂ ਸਾਹਮਣੇ ਉਹ ਕਰੋੜਾਂ ਰੁਪਏ ਪਏ ਸੀ, ਉਹਨਾਂ ਨੇ ਕਿਸੇ ਨੇ ਨਹੀਂ ਚੱਕਿਆ। ਬਾਅਦ 'ਚ ਵੀ ਅਸੀਂ ਕਿਹਾ ਅਸੀਂ ਚਲੇ ਜਾਣਾ ਆ, ਤੁਸੀਂ ਇੱਥੇ ਲੈ ਕੇ ਚਲੇ ਜਾਇਓ, ਉਹਨਾਂ ਨੇ ਕਿਸੇ ਨੇ ਉੱਥੇ ਬੈਠੇ ਇੰਨਾ ਜਾਣੀ ਕਿ ਸਟੇਟ ਦਾ ਹੁੰਦਾ, ਉਹਨਾਂ ਨੇ ਨਹੀਂ ਕੀਤਾ ਹੈ ਨਾ। ਫਿਰ ਦੇਖੋ ਕਿ ਅਸੀਂ ਉਹ ਪੈਸੇ ਭਰ ਲਏ ਅਤੇ ਲੱਦ ਲਏ। ਫਿਰ ਇਨਰ ਜ਼ਿਆਦਾ ਇਹ ਇੰਪੋਰਟੈਂਟ ਬੈਂਕ ਦਾ ਤਾਂ ਆ ਕਿ ਇੱਕ ਤਾਂ ਬਿਲਕੁਲ ਹੀ ਜਿੱਦਾਂ ਸ਼ੇਰ ਦੇ ਪੰਜੇ ਵਾਲੀ ਗੱਲ ਸੀਗੀ। ਅੱਛਾ, ਬਾਹਰ ਦੇਖੋ ਲਗਾਤਾਰ ਪੁਲਿਸ ਦੀ ਐਕਟੀਵਿਟੀ ਸੀ, ਕੋਈ ਟਰੱਕ ਚਲਾ ਗਿਆ, ਕੋਈ DSP ਆ ਗਿਆ, ਕੋਈ ਚਲਾ ਗਿਆ ਨਾ ਥਾਣੇ, ਉਹ ਚਲੇ ਗਏ। 40 ਮਿੰਟ ਅਸੀਂ ਬੈਂਕ ਅਪਰੇਟ ਕੀਤਾ, 40 ਮਿੰਟ ਬਹੁਤ ਜ਼ਿਆਦਾ ਹੁੰਦੇ। ਇਹਦੀ ਵਿਲੱਖਣਤਾ ਹੈ ਕਿ ਹਾਈ ਸਕਿਓਰਿਟੀ ਜਿੰਨੀ ਮੈਕਸੀਮਮ ਦੇ ਵਿੱਚ 40 ਮਿੰਟ ਅਸੀਂ ਉੱਥੇ ਰਹੇ। ਇੰਨੀ ਜ਼ਿਆਦਾ ਪਬਲਿਕ ਸੀ ਜਿੱਥੇ, ਇੰਨੇ ਜ਼ਿਆਦਾ ਮੁਲਾਜ਼ਮ ਸੀ, ਉਹਨਾਂ ਸਾਰਿਆਂ ਨੇ ਸਾਡਾ ਸਹਿਯੋਗ ਕੀਤਾ, ਸਾਨੂੰ ਬਹੁਤ ਸਗੋਂ ਉਤਸ਼ਾਹ ਦਿੱਤਾ, ਅਤੇ ਬਾਅਦ 'ਚ ਵੀ ਸਾਡੇ ਖਿਲਾਫ਼ ਕੋਈ ਨਹੀਂ ਭੁਗਤਿਆ। ਬੈਂਕ ਦੇ ਵਿੱਚ ਬਹੁਤ ਬੰਦਿਆਂ ਨੂੰ ਉਹਨਾਂ ਨੇ ਗਵਾਹ ਬਣਾਇਆ ਸਾਡੇ ਖਿਲਾਫ਼, ਉਹਨਾਂ 'ਚੋਂ ਕਿਸੇ ਨੇ ਕੋਈ ਗਵਾਹੀ ਨਹੀਂ ਦਿੱਤੀ, ਪਛਾਣਿਆ ਵੀ ਨਹੀਂ ਉਹਨਾਂ ਨੇ। ਭਾਈ ਸੁੱਖੇ ਨੂੰ ਕਹਿੰਦੇ ਮਥੁਰਾ ਸਿੰਘ ਗੋਲੀ ਮਾਰ ਲਿਆ, ਤੂੰ ਲੋੜ ਤੋਂ ਵੱਧ ਪੈਸੇ ਚੱਕ ਲੈ। ਹਾਂ, ਉਹ ਗੱਲ ਇਸ ਤਰ੍ਹਾਂ, ਉਹ ਵੀ ਬੜੀ ਇੰਟਰਸਟਿੰਗ ਆ ਕਿ ਉਹ ਅਸੀਂ 2 ਕਰੋੜ ਲਈ ਗਏ ਸੀ, ਅਤੇ ਜਦੋਂ ਉੱਤੇ ਅਸੀਂ ਤਾਂ ਮੈਂ ਤਾਂ ਉੱਪਰ ਸੀਗਾ ਜੀ, ਅਤੇ ਮਥੁਰਾ ਸਿੰਘ ਵੀ ਉੱਪਰ ਸੀ, ਥੱਲੇ ਜਿਹੜਾ ਭਰਵਾਈ ਵਾਲਾ ਕੰਮ ਆਪਣੇ ਚਰਨਜੀਤ ਸੇ ਅਤੇ ਗੁਰਚਰਨ ਸਿੰਘ ਹੁਣੀ ਗੁਰਸ਼ਰਨ ਇਹ ਕਰਵਾ ਰਹੇ ਸੀ, ਅਤੇ ਜਿੰਦਾ ਜਾਣੀ ਕਿ ਓਵਰਆਲ ਇੰਚਾਰਜ ਸੀ, ਸਾਰੇ ਬਾਹਰ ਵੀ ਅੰਦਰ ਵੀ ਉੱਪਰ ਵੀ ਥੱਲੇ ਸਾਰੇ ਗੇੜਾ ਓਪਰੇਸ਼ਨਲ ਹੈੱਡ, ਜਿੱਦਾਂ ਉਹਦੀ ਆਦਤ ਹੁੰਦੀ ਸੀ। ਉਹ ਬਹੁਤ ਸ਼ੌਕੀਨ ਸੀ, ਯਾਨੀ ਕਿ ਕੱਪੜਿਆਂ ਦਾ ਉਹਨਾਂ ਦੇ ਨਾ ਬਹੁਤ ਵੈਲ ਡਰੈਸਡ ਹੁੰਦਾ ਸੀ, ਰੇਵਨ ਦੀ ਐਨਕ 'ਤੇ ਉਹ ਲਾ ਕੇ ਸਾਰੇ ਪਾਸੇ ਉਹ ਓਵਰਆਲ ਇੰਚਾਰਜ ਸੀ। ਅਤੇ ਉਹ ਗੱਲ ਇਸ ਤਰ੍ਹਾਂ ਹੋਈ ਕਿ ਉਹ ਜਦੋਂ ਉਹਨਾਂ ਨੇ ਦੇਖਿਆ ਕਿ ਜਦੋਂ ਇੰਨਾ ਪੈਸਾ, ਸੋਚੇ ਕਿ ਆਪਾਂ ਨੂੰ ਬੈਂਕ ਫਿਰ ਕਰਨੇ ਪੈਂਦੇ, ਹੁਣ ਇੱਥੋਂ ਲੈ ਚੱਲਦੇ ਹਾਂ, ਫਿਰ ਵੀ ਤਾਂ ਕਰਨੇ ਪੈਣੇ ਆ ਜ਼ਰੂਰਤ ਹੀ ਹੈ ਨਾ। ਉਹਨਾਂ ਨੇ ਜਾਣੀ ਕਿ ਜਿੰਦੇ ਨੇ ਚਰਨਜੀਤ ਸਿੰਘ, ਉਹਨਾਂ ਨੇ ਸਲਾਹ ਕਰ ਲਈ ਕਿ ਆਪਾਂ ਜਿੰਨਾ ਵੀ ਚੱਕ ਸਕਦਾ ਚੱਕੀਏ। ਉਹ ਪੈਸਾ ਫਿਰ ਬਾਹਰ ਚਲਾ ਗਿਆ ਜ਼ਿਆਦਾ, ਅਤੇ ਮੈਨੂੰ ਮਥੁਰਾ ਸਿੰਘ ਨੇ ਕਿਹਾ ਕਿ ਇਹ ਮੈਨੂੰ ਲੱਗਦਾ ਕਿ ਪੈਸਾ ਤਾਂ 2 ਕਰੋੜ ਹੋ ਗਿਆ ਹੋਣਾ, ਇਹ ਤਾਂ ਜ਼ਿਆਦੀਆਂ ਜਾਈ ਜਾਂਦੀਆਂ, ਤੂੰ ਪੁੱਛ ਕੇ ਆ ਕਿ ਇਹ ਉਨਾ ਹੋ ਗਿਆ ਕਿ ਨਹੀਂ। ਮੈਂ ਪੁੱਛਣ ਗਿਆ, ਉਹਨਾਂ ਨੇ ਕਿਹਾ ਕਿ ਹੋ ਗਿਆ ਤਾਂ ਜ਼ਿਆਦਾ, ਅਸੀਂ ਚਾਹੁੰਦੇ ਕਿ ਹੋਰ, ਤੂੰ ਉਹਨੂੰ ਨਾ ਦੱਸੀ। ਪਰ ਮੈਂ ਫਿਰ ਉਹਨੇ ਮੈਨੂੰ ਦੁਬਾਰਾ ਪੁੱਛਿਆ, ਪਹਿਲਾਂ ਤਾਂ ਨਹੀਂ ਮੈਂ ਦੱਸਿਆ, ਫਿਰ ਉਹ ਫੇਰ ਪੁੱਛਣ ਆ ਗਿਆ ਕਿ ਤੂੰ, ਮੈਂ ਕਿਹਾ ਪੈਸਾ ਤਾਂ ਹੋ ਗਿਆ ਹੈ ਨਾ, ਉਹ ਤਾਂ ਹੁਣ ਜ਼ਿਆਦਾ ਕਰੀ ਜਾਂਦੇ। ਉਹ ਫਿਰ ਬਹੁਤ ਗੁੱਸੇ ਹੋ ਗਿਆ, ਅਤੇ ਉਹਨੇ ਆ ਕੇ ਉਹਨੂੰ, ਕਿਉਂਕਿ ਜਿੰਦਾ ਸੀ, ਜਿੰਦੇ ਨੂੰ ਕਿਹਾ ਕਿ ਤੀ ਹੁਣੇ ਤੁਸੀਂ ਬਸ ਕਰੋ, ਆਪਣੀ ਅਰਦਾਸ ਇਸ ਤਰ੍ਹਾਂ ਹੋਈ ਹੈ, ਜੇ ਤੂੰ ਨਾ ਹਟਿਆ। ਉਹਨੇ ਜਾਣੀ ਪਿਸਤਲ ਸੀ ਉਹਦੇ ਕੋਲ, ਉਹ 9mm ਦਾ ਪਿਸਤਲ ਬੜਾ ਉਹਦਾ ਫੇਵਰੇਟ ਸੀ ਉਹਦੇ ਕੋਲ, ਉਹੀ ਸੀ, ਅਤੇ ਉਹਨੂੰ ਕਿਹਾ ਕਿ ਦੇਖ ਲੈ ਮੈਂ ਤੇਰੇ ਗੋਲੀ ਮਾਰ ਦੇਣੀ ਹੈ। ਕਾਫੀ ਔਖਾ ਹੋ ਗਿਆ ਨਾ। ਫਿਰ ਜਾਣੀ ਕਿ ਉਹਨਾਂ ਨੇ ਫਿਰ ਜਿੰਦੇ ਹੋਣਾ ਨੇ ਉਹ ਫਿਰ ਬੋਰੀਆਂ ਭਰਨੀਆਂ ਬੰਦ ਕਰ ਦਿੱਤੀਆਂ, ਨਹੀਂ ਤਾਂ ਅਸੀਂ ਉੱਥੋਂ ਬਾਬਾ ਸਾਰੇ ਹੀ ਚੱਕ ਲੈਂਦੇ, ਚੱਕ ਸਕਦੇ ਸੀ, ਉੱਥੇ ਕੋਈ ਗੱਲ ਨਹੀਂ ਸੀ। ਫਿਰ ਉਹ ਬੰਦ ਕਰ ਦਿੱਤਾ। ਉਹ ਤਾਂ ਇਹ ਗੱਲ ਸੀ ਕਿ ਜੇ ਅਸੀਂ ਆਏ 2 ਕਰੋੜ ਨਹੀਂ ਆ, ਤਾਂ ਅਸੀਂ ਜ਼ਿਆਦਾ ਕਿਉਂ ਲੈ ਕੇ ਜਾਈਏ, ਹੈ ਨਾ। ਤਾਂ ਉਹ ਇਸ ਤਰੀਕੇ ਨਾਲ ਉਹ 6 ਕਰੋੜ ਹੋ ਗਿਆ। ਉਹ ਬੀਬੀ ਜੀ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਾਰਿਆਂ ਨੂੰ ਅਰਦਾਸ ਕਰਕੇ ਦੇਗ ਦਿੱਤੀ। ਫਿਰ ਇੱਕ ਹੋਰ ਦੇਖੋ ਕਿ ਕੰਟਰੋਲ ਵਾਲੀ ਗੱਲ ਹੁੰਦੀ ਕਿ ਇੱਕ 'ਚ ਕੋਈ ਬੰਦਾ ਸੀ ਅੰਦਰ, ਉਹਨੇ ਜਦੋਂ ਦੇਖਿਆ ਕਿ ਇੰਨਾ ਕੁਛ ਹੋ ਰਿਹਾ, ਉਹ ਡਰ ਜਾਂਦੇ ਹੁੰਦੇ, ਕਈ ਬੰਦੇ ਡਰ ਕੇ ਹੋਸ਼ੋ ਹਵਾਸ ਖੋ ਜਾਂਦੇ ਆ, ਫਿਰ ਉਹ ਸ਼ੌਕ ਦੇ ਵਿੱਚ ਕਿ ਨਹੀਂ ਚੀਕਾਂ ਮਾਰਨ ਲੱਗ ਪੈਂਦੇ। ਇਹ ਇੱਕ ਰਿਐਕਸ਼ਨ ਹੁੰਦਾ ਕੁਦਰਤੀ, ਇਹ ਕਈ ਥਾਂ ਹੋਇਆ ਵੀ ਹੈ। ਫਿਰ ਉਹਨੂੰ ਵੀ ਤੁਸੀਂ ਕੰਟਰੋਲ ਕਰਨਾ ਹੁੰਦਾ। ਉਹ ਇੱਕ ਬੰਦਾ, ਉਹਨੂੰ ਕੁਛ ਇਸ ਤਰ੍ਹਾਂ ਹੋ ਗਿਆ, ਪਤਾ ਨਹੀਂ ਜਦੋਂ ਸਾਨੂੰ ਪਤਾ ਨਹੀਂ ਮੈਨੂੰ ਮਾਰ ਨਹੀਂ ਲੱਗੇ, ਹੈ ਨਾ, ਉਹਨੇ ਉੱਚੀ ਉੱਚੀ ਕਿ ਨਹੀਂ ਭੱਜ ਗਿਆ ਉਹ ਵਿੱਚ ਦੀ ਬਾਹਰ, ਅਤੇ ਉੱਤੇ ਜਾ ਕੇ ਰੌਲਾ ਚੀਕਾਂ ਮਾਰਨ ਲੱਗ ਪਿਆ।
ਉਹ ਹੁਣ ਦੇਖੋ ਕਿ ਬਾਹਰ ਪਬਲਿਕ ਆ, ਪੁਲਿਸ ਦਾ ਆਉਣ ਜਾਣ ਆ ਅਤੇ ਸਾਰਾ ਕੁਛ ਕੀ ਕਿਹੋ ਜਿਹੀ ਸਿਚੁਏਸ਼ਨ ਆ ਅਤੇ ਫਿਰ ਕਿਸ ਤਰ੍ਹਾਂ ਜਿਹੜੇ ਬੰਦੇ ਆਪਣੇ ਇਹਨਾਂ ਨੇ ਹੈਂਡਲ ਕੀਤੀ, ਕਿਉਂਕਿ ਇਹਨਾਂ ਦਾ ਬਹੁਤ ਜ਼ਿਆਦਾ ਇੱਥੇ ਐਕਸਪਰਟਾਈਜ਼ ਦਾ ਬਹੁਤ ਹੁੰਦਾ, ਤੁਹਾਡੇ ਸਬਰ ਦਾ, ਤੁਹਾਡਾ ਤਹੱਮਲ ਦਾ। ਉਹ ਦੇਖੋ ਕਿ ਆਪਣਾ ਬਾਪੂ ਮਲਕੀਤ ਸਿੰਘ, ਗੁਰਸ਼ਰਨ ਸਿੰਘ ਅਤੇ ਆਪਣੇ ਜਿੰਦੇ ਹੁਣ ਹੈ ਨਾ, ਉਹ ਭੱਜੇ ਹੋਏ ਗਏ, ਦੋ ਹੀ ਪੁਲਿਸ ਯੂਨੀਫਾਰਮ ਸੀ, ਉਹ ਸਿਵਲ ਦੇ ਵਿੱਚ ਸੀ, ਅਤੇ ਉਹਨਾਂ ਨੇ ਜਾ ਕੇ ਉਹਨੂੰ ਢਾਹ ਲਿਆ ਅਤੇ ਪੁਲਿਸ ਵਾਲੇ ਨੇ ਮੂੰਹ ਬੰਦ ਕਰ ਦਿੱਤਾ ਅਤੇ ਉੱਦਾਂ ਹੀ ਚੱਕ ਕੇ ਅੰਦਰ ਲੈ ਗਏ। ਬਾਹਰ ਲੋਕ ਇਕੱਠੇ ਹੋ ਗਏ ਉਹਦੇ ਆਲੇ ਦੁਆਲੇ, ਉਹ ਉਹਨਾਂ ਨੂੰ ਚੁੱਕ ਕੇ ਉੱਦਾਂ ਹੀ ਲੱਤਾਂ ਚੁੱਦਾਂ ਚੱਕ ਕੇ ਅੰਦਰ ਲੈ ਗਏ। ਅੱਛਾ, ਲੋਕ ਉੱਥੇ ਜਿਹੜੀ ਆਮ ਬਾਹਰ ਪਬਲਿਕ, ਉਹ ਤਾਂ ਸਾਡੇ ਕੰਟਰੋਲ 'ਚ ਨਹੀਂ ਸੀ, ਜਿਹੜੇ ਜਾ ਜਿਹੜੇ ਆਉਂਦੇ ਹੈ ਨਾ, ਉਹ ਉੱਥੇ ਗੱਲਾਂ ਹੋਣ ਲੱਗ ਵੀ ਇਹ ਕੀ ਹੋ ਗਿਆ, ਅੱਜ ਪੁਲਿਸ ਇਸ ਤਰ੍ਹਾਂ ਕਿਉਂ ਹੋਇਆ ਹੈ। ਕੁਛ ਬੰਦੇ ਉਹ ਫਿਰ ਦੇਖੋ ਕਿ ਉਹ ਜਿੰਦੇ ਦੀ ਪ੍ਰੈਜੈਂਸ ਆਫ ਮਾਇੰਡ, ਫਿਰ ਉਹਨੇ ਦੇਖਿਆ, ਉਹ ਉਹਦਾ ਤਾਂ ਕਿਸੇ ਨੂੰ ਥੋੜ੍ਹਾ ਪਤਾ ਸੀ ਕਿ ਉਹ ਤਾਂ ਪਬਲਿਕ ਦਾ ਹੀ ਲੱਗਦਾ ਸੀਗਾ, ਜਿੱਦਾਂ ਸਿਵਲ ਦਾ ਹੀ ਕੋਈ ਹੁੰਦਾ। ਉਹਨੇ ਉਹਨਾਂ ਨਾਲ ਗੱਲ ਕੀਤੀ ਅੰਦਰੋਂ ਆ ਕੇ, ਹੈ ਨਾ, ਕਿ ਉਹਨਾਂ ਦੀ ਗੱਲ, ਉਹਨਾਂ ਦੀ ਯਾਨੀ ਕਿ ਉਹਨਾਂ ਨੂੰ ਕਿ ਇਹ ਬੰਦੇ ਸ਼ਾਂਤ ਹੋ ਜਾਣ, ਕਿ ਇਹ ਕੋਈ ਬੰਦਾ ਪਾਗਲ ਸੀ ਅੰਦਰ ਲੜ ਪਿਆ ਅਤੇ ਕਿਸੇ ਗਲ ਪੈ ਗਿਆ, ਬਾਹਰ ਆ ਗਿਆ ਅਤੇ ਪੁਲਿਸ ਵਾਲੇ ਜਿਹੜੇ ਅੰਦਰ ਵਾਲੇ ਉਹਨਾਂ ਨੇ ਭੇਜ ਕੇ ਉਹਨੂੰ ਦੁਬਾਰਾ ਅੰਦਰ ਬੁਲਾਇਆ, ਇਹਨੇ ਪੈਸੇ ਪੂਸੇ ਦੇਣੇ ਸੀ, ਉਹ ਸੈਟਿਸਫਾਈ ਹੋ ਗਏ ਅਤੇ ਫਿਰ ਉੱਦਾਂ ਹੀ ਫਿਰ ਕੰਮ ਚੱਲਣ ਲੱਗ ਪਿਆ। ਜਾਣੀ ਕਿ ਇੱਕ ਜਿਹੜੀ ਮੁਸੀਬਤ ਬਣੀ ਸੀਗੀ ਉਹ ਸੜਕ ਦੇ ਨੇੜੇ ਆ ਗਿਆ ਸੀ, ਉੱਥੇ ਚੱਕ ਕੇ ਲੈ ਕੇ ਗਏ ਅਤੇ ਫਿਰ ਉਹਨੂੰ ਅੰਦਰ ਜਾ ਕੇ ਬਿਠਾ ਦਿੱਤਾ ਕਿ ਭਾਈ ਤੂੰ ਗਲਤ ਆਇਆ ਸੀ, ਫਿਰ ਲੈ ਕੇ ਚੱਕ ਕੇ ਅੰਦਰ। ਫਿਰ ਦੇਖੋ ਕਿ ਇਹ 40 ਮਿੰਟ ਲੱਗੇ ਆ ਅਤੇ ਇੰਨਾ ਸਾਰਾ ਕੁਛ ਹੋਇਆ। ਫਿਰ ਇਹ ਵੀ ਗੱਲ, ਫਿਰ ਇੱਕ ਬਹੁਤ ਇੰਟਰਸਟਿੰਗ ਗੱਲ ਹੋਰ ਕਿ ਅਸੀਂ ਜਦੋਂ ਹੈ ਨਾ ਬੈਂਕ ਕਰਦੇ ਹੁੰਦੇ ਸੀ, ਫਿਰ ਅਸੀਂ ਜਦੋਂ ਨਿਕਲ ਜਾਂਦੇ ਤਾਂ ਅਸੀਂ ਪਿੱਛੇ ਬੰਦ ਕਰ ਜਾਂਦੇ ਹੁੰਦੇ ਸੀ, ਸਾਰੇ ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਤੁਸੀਂ 5 ਕੁ ਮਿੰਟ ਬਾਅਦ ਰੌਲਾ ਪਾ ਦਿਓ ਤੁਹਾਨੂੰ, ਜਾਂ ਕਿਸੇ ਨੇ ਆ ਜਾਣਾ ਖੋਲ ਲੈਣਾ, 5 ਮਿੰਟ ਨਾ ਬੋਲਿਓ। ਉਹ ਜਦੋਂ ਅਸੀਂ ਨਿਕਲਣ ਲੱਗੇ, ਸਾਰੇ ਨਿਕਲ ਗਏ, ਮੈਂ ਤਕਰੀਬਨ ਸਭ ਤੋਂ ਬਾਅਦ 'ਚ ਨਿਕਲਣ ਵਾਲੇ ਸੀ ਅਸੀਂ, ਜਦੋਂ ਮੈਂ ਨਿਕਲਣ ਲੱਗਾ ਤਾਂ ਮੈਨੂੰ ਇੱਕ ਬੈਂਕ ਮੁਲਾਜ਼ਮ ਨੇ, ਜਿਹੜਾ ਕੋਈ ਕੈਸ਼ੀਅਰ 'ਚੋਂ ਸੀਨੀਅਰ ਸੀਗਾ, ਉਹ ਵੀ ਇੱਕ ਸਾਈਡ 'ਤੇ ਬੰਦ ਕੀਤਾ, ਉਹਨੇ ਮੈਨੂੰ ਆਵਾਜ਼ ਮਾਰ ਕੇ ਕਹੀ ਕਿ ਭਾਅ ਜੀ ਤੁਸੀਂ ਬਹੁਤ ਗਲਤੀ ਕਰ ਚੁੱਕੇ ਹੋ, ਸਾਰੇ ਟੋਟਲ ਲੁਧਿਆਣੇ ਦਾ ਜਿਹੜਾ ਫੋਰਨ ਕਰੰਸੀ ਚੈਸਟ ਹੈ ਉਹ ਵੀ ਇਹੀ ਹੈ, ਉਹ ਇੱਧਰਲੇ ਪਾਸੇ ਆ ਪਾਉਂਡ ਅਤੇ ਡੋਲਰ, ਤੁਸੀਂ ਉਹ ਤਾਂ ਛੱਡ ਲਿਆ, ਅਸਲ ਤਾਂ ਉਹ ਸੀ। ਹੁਣ ਦੇਖੋ ਕਿ ਅਸੀਂ 4-5 ਮਹੀਨੇ ਦੀ ਰੈਕੀ ਕੀਤੀ ਸੀ, ਸਭ ਕੁਛ ਸਾਨੂੰ ਇਹ ਨਹੀਂ ਸੀ ਪਤਾ, ਕਿਉਂਕਿ ਕਿਤੇ ਵੀ ਉੱਥੇ ਲਿਖਿਆ ਆਇਆ ਨਹੀਂ ਸੀ ਕਿ ਫੋਰਨ ਕਰੰਸੀ ਦਾ ਲੁਧਿਆਣੇ ਟੋਟਲ ਦਾ ਚੈਸਟ ਸੀਗਾ, ਅਤੇ ਉਹ 'ਚ ਤਾਂ ਬਹੁਤ ਜ਼ਿਆਦਾ ਪੈਸਾ ਸੀ, ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਲੈਣਾ ਹੀ ਉਹ ਸੀਗਾ। ਇਸ ਤਰੀਕੇ ਨਾਲ ਇਹ ਬਹੁਤ ਹੀ ਵੱਡੀ ਬੈਂਕ ਆ ਹਿਸਟ ਹੋ ਜਾਣੀ ਸੀ, ਜੇ ਜਾਣੀ ਕਿ ਉਸ ਟੋਟਲ ਡੋਲਰ ਅਤੇ ਜਿਹੜੇ ਪਾਉਂਡ ਉਹ ਸਾਨੂੰ ਉਹ ਸਾਡੀ ਰੈਕੀ 'ਚ ਆਏ ਨੀਗੇ, ਉਹ ਬੰਦੇ ਨੇ ਸਾਨੂੰ ਬਾਅਦ 'ਚ ਦੱਸਿਆ, ਜਾਂ ਤਾਂ ਹੋਵੇ ਮੈਂ ਉੱਧਰ ਨੂੰ ਗਿਆ ਨੀਗਾ, ਉਹ ਦੂਸਰੇ ਵੱਡੇ ਅਫਸਰਾਂ ਸਾਹਮਣੇ ਤਾਂ ਦੱਸ ਨਹੀਂ ਸੀ ਸਕਦਾ, ਹੈ ਨਾ, ਜੇ ਪਹਿਲਾਂ ਚਲੇ ਜਾਂਦੇ ਤਾਂ ਉਹ ਇੱਕ ਹੋਰ ਬਹੁਤ ਵੱਡਾ ਇਹ ਹੋ ਜਾਣਾ ਸੀ। ਫਿਰ ਹੋਰ ਇੱਕ ਇੰਟਰਸਟਿੰਗ ਗੱਲ ਜੋ ਮੈਂ ਦੱਸ ਸਕਦਾ ਉਹ ਇਹ ਹੈ ਕਿ ਜਦੋਂ ਮੈਂ ਬੱਸ 'ਚ ਹੀ ਆਇਆ, ਮੈਂ ਸਾਈਕਲ 'ਤੇ ਆਇਆ ਸੀ ਉੱਥੇ, ਕੋਈ ਮੈਨੂੰ ਛੱਡ ਗਿਆ ਸੀ, ਪ੍ਰੀਤਮ ਸਿੰਘ ਸਿੱਖ ਉਦੋਂ ਹਾਲੇ ਆਪਣੇ ਪਗੌੜਾ ਨਹੀਂ ਸੀ ਹੋਇਆ, ਡਾਕਟਰ ਸੀ ਜੀ ਨੌਕਰੀ 'ਤੇ, ਅਤੇ ਉਹ ਉਹਦੀ ਠਹਿਰ 'ਤੇ ਅਸੀਂ ਰਹਿੰਦੇ ਹੁੰਦੇ ਸੀ, ਉਹ ਹੈਬ ਵਾਲੋਂ ਮੈਨੂੰ ਸਾਈਕਲ 'ਤੇ ਛੱਡਣ ਆਇਆ ਉਦੋਂ, ਅਤੇ ਛੱਡ ਕੇ ਬਾਹਰੋਂ ਚਲਾ ਗਿਆ ਜੀ। ਅਤੇ ਮੈਂ ਜਾਣ ਲੱਗਾ ਆਪਣੇ ਉੱਥੋਂ ਟੋਲੇ ਵਾਲ ਤੋਂ ਬੱਸ ਚੜਿਆ ਉੱਥੇ ਸਾਰੀਆਂ ਦਿੱਲੀ ਵੱਲ ਨੂੰ, ਉੱਥੋਂ ਹੀ ਉੱਥੇ ਅੱਡਾ ਜਿਹਾ ਹੁੰਦਾ ਸੀ ਉਸ ਵੇਲੇ, ਮੈਨੂੰ 5 ਕੁ ਮਿੰਟ ਖੜ੍ਹਨਾ, ਉਸ ਵੇਲੇ ਪੁਲਿਸ ਉੱਥੋਂ ਜਾਣ ਲੱਗ ਪਈ ਸੀ ਬੈਂਕ ਨੂੰ, ਅਤੇ ਮੈਂ ਉੱਥੋਂ ਬੱਸ ਚੜਿਆ, ਅਤੇ ਜਦੋਂ ਮੈਂ ਬਾਈਪਾਸ ਕੋਲ ਪਹੁੰਚਿਆ ਉਸ ਵਕਤ ਸਾਰਾ ਘੇਰ ਲਿਆ ਸੀ ਉਹਨਾਂ ਨੇ, ਉੱਥੇ ਸਾਨੂੰ ਕਿ ਸਾਰਿਆਂ ਨੂੰ ਲਾ ਕੇ ਥੱਲੇ ਸਾਡੀ ਵੈਰੀ ਤਲਾਸ਼ੀ ਤਲੂਸ਼ੀ ਦਾ ਕੀ ਲੈਣੀ, ਸਾਨੂੰ ਦੇਖਿਆ ਉਹਨਾਂ ਨੇ, ਹੈ ਨਾ, ਅਤੇ ਉੱਥੋਂ ਅੱਗੇ ਜਾ ਕੇ ਜੇ ਫਲੋਰ ਕੋਲ ਗਿਆ, ਮੈਂ ਨਵੇਂ ਸ਼ਹਿਰ ਜਾਣਾ ਸੀ ਅਤੇ ਮੈਂ ਟਿਕਟ ਲੈਣ ਲੱਗਿਆ ਅਤੇ ਮੈਂ ਦੇਖਿਆ ਕਿ ਮੇਰਾ ਉੱਥੇ ਕਿਸੇ ਨੇ ਪਰਸ ਕੱਢ ਲਿਆ, ਬੈਂਕ ਲੁੱਟਣਿਆਂ ਦਾ ਪਰਸ ਚੋਰੀ ਕਰਕੇ ਲੁੱਟ ਕੇ ਆਏ ਆ, ਅਤੇ ਮੇਰਾ ਉੱਥੇ ਕਿਸੇ ਨੇ ਪਰਸ ਖੋਲ੍ਹਿਆ, ਮੇਰੇ ਕੋਲ ਕੋਈ ਪੈਸਾ ਉੱਪਰਲੀ ਜੇਬ ਸੀ, ਅਤੇ ਫਿਰ ਮੈਂ ਉਹਨਾਂ ਨੂੰ ਦਿੱਤਾ ਕਿ ਇਹ ਵੀ ਦੇਖੋ ਕੁਦਰਤ ਦੇ ਰੰਗ ਹੁੰਦੇ। ਅਤੇ ਫਿਰ ਹੋਰ ਇੰਟਰਸਟਿੰਗ ਗੱਲ ਜਿਹੜੀ ਇੱਕ ਇਹਦੇ ਨਾਲ ਹੀ ਆਪਾਂ ਉਹਨਾਂ ਦੀ ਕਰ ਲੈਂਦੇ ਹਾਂ ਕਿ ਜਿੱਥੇ ਅਸੀਂ ਪੈਸਾ ਲੈ ਕੇ ਗਏ, ਉਹ ਜਿਹੜੀ ਤੁਸੀਂ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਕਿ ਪਹਿਲੀ ਕਿਤਾਬ 'ਚ ਇੱਕ ਬਾਪੂ ਬਾਰੇ ਜ਼ਿਕਰ ਆ ਕਿ ਜਿਹਦੀ ਠਹਿਰ ਬਾਰੇ ਨਹੀਂ ਮੈਂ ਦੱਸਿਆ, ਅਤੇ ਉਹ ਇੱਕ ਬਾਗਾਂ ਵਾਲੀ ਠਹਿਰ ਆ, ਅਤੇ ਕਾਫੀ ਅਮੀਰ ਬੰਦੇ ਆ, ਉਹਨਾਂ ਦੇ ਬਾਗ ਆ, ਜ਼ਮੀਨ ਆ ਅਤੇ ਵੱਡਾ ਫਾਰਮ ਆ,
ਉਹ ਤੇ ਉਹ ਸਾਡੀ ਠਹਿਰ ਸੀਗੀ ਤੇ ਅਸੀਂ ਜਿਹੜਾ ਇਹ ਬੈਂਕ ਵਾਲਾ ਪੈਸਾ ਕਿਤੇ ਹੋਰ ਰੱਖਣਾ ਸੀ ਕੁਦਰਤੀ ਕੁਛ ਇਸ ਤਰੀਕੇ ਨਾਲ ਹੋ ਗਿਆ ਜਿਹੜਾ ਮੈਟਾਡੋਰ ਤੋਂ ਬਾਅਦ ਟਰੱਕ 'ਚ ਸ਼ਿਫਟ ਕੀਤਾ ਉਹ ਜ਼ਿਆਦਾ ਸਕਿਉਰਿਟੀ ਕਰਕੇ ਜਿੱਥੇ ਰੱਖਣਾ ਸੀ ਉੱਥੇ ਨਹੀਂ ਰੱਖਿਆ ਗਿਆ ਉਹ ਇੱਥੇ ਲੁਧਿਆਣੇ 'ਚ ਹੀ ਰੱਖਣਾ ਸੀ ਉਹ ਨਹੀਂ ਰੱਖਿਆ ਗਿਆ ਫੋਕਲ ਪਾਰਟ ਇਹ ਟਰੱਕ ਭਾਈ ਸਾਹਿਬ ਇੱਥੇ ਰੁਕਿਆ ਵੀ ਰਿਹਾ ਕਿਸੇ ਸਾਈਡ 'ਤੇ ਕੁਛ ਟਾਈਮ ਨਹੀਂ ਇੱਥੇ ਲੁਧਿਆਣੇ 'ਚ ਤਾਂ ਨਹੀਂ ਰੁਕਿਆ ਰਿਹਾ ਉਹ ਫਿਰ ਟਰੱਕ ਸਾਨੂੰ ਕਿਸੇ ਹੋਰ ਪਾਸੇ ਕੱਢਣਾ ਪਿਆ ਅਤੇ ਉਹ ਜਿੱਥੇ ਪਹੁੰਚਣਾ ਸੀ ਉੱਥੇ ਨਹੀਂ ਪਹੁੰਚਿਆ ਗਿਆ ਸ਼ਾਮ ਨੂੰ ਜਿਹੜੀ ਠਹਿਰ ਸੀ ਬਾਪੂ ਵਾਲੀ ਜਿਹੜੀ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਹੈ ਨਾ ਕੀਤੀ ਨਹੀਂ ਅਤੇ ਉੱਥੇ ਉਹ ਨੇੜੇ ਸੀਗੀ ਅਤੇ ਉਸ ਪੈਸੇ ਨਾਲ ਟਰੱਕ ਨਾਲ ਉਸ ਵੇਲੇ ਹਰਜਿੰਦਰ ਸਿੰਘ ਜਿੰਦਾ ਚਰਨਜੀਤ ਸਿੰਘ ਬਾਪੂ ਬਲਕੀਤ ਸਿੰਘ ਇਹ ਸੀਗੇ ਅਤੇ ਜਨਰਲ ਲਾਭ ਸਿੰਘ ਵੀ ਸੀ ਨਾਲ ਹੈ ਅਤੇ ਇਹਨਾਂ ਨੇ ਦੇਖਿਆ ਕਿ ਹੋਰ ਤਾਂ ਹੁਣ ਕਿਤੇ ਨਹੀਂ ਬਾਪੂ ਦੇ ਚੱਲਦੇ ਹਨ ਉਹ ਜਿਹੜੀ ਜ਼ਿਕਰ ਮੈਂ ਕੀਤਾ ਕਿ ਉਹ ਬਹੁਤ ਹੀ ਉੱਚੀ ਅਵਸਥਾ ਵਾਲਾ ਅਤੇ ਬਹੁਤ ਹੀ ਲਰਨਡ ਅਤੇ ਬੜਾ ਦਰਦ ਵਾਲਾ ਜਿਹੜੇ ਬਾਪੂ ਸੀ ਕੋਈ ਨਵਾਂ ਹੈ ਨਾ ਉਹਨਾਂ ਦੇ ਜਦੋਂ ਗਏ ਅਤੇ ਉਹਨਾਂ ਦੇ ਬਾਹਰ ਇੱਕ ਥਾਂ 'ਤੇ ਗੁਰੂ ਘਰ ਬਣਾਇਆ ਸੀਗਾ ਮਹਾਰਾਜ ਪ੍ਰਕਾਸ਼ ਸਿਆਲਦਰ ਲਾਇਬ੍ਰੇਰੀ ਸੀਗੀ ਅਤੇ ਉੱਥੇ ਸਾਡੀ ਪੱਕੀ ਇੱਕ ਅਸੋਲਟ ਇੱਕ 303 ਅਤੇ ਇੱਕ 30 ਦਾ ਪਿਸਟਲ ਪਿਆ ਹੁੰਦਾ ਸੀ ਜੇ ਕੋਈ ਕਿਸੇ ਨੇ ਵੀ ਠਹਿਰਨਾ ਅਤੇ ਉਹ ਵੀ ਹੁੰਦਾ ਸੀ ਅਤੇ ਉੱਥੇ ਫਿਰ ਲੈ ਗਏ ਟਰੱਕ ਅਤੇ ਕਾਰ ਮੁਕਤੀ ਹੈ ਨਾ ਉੱਥੇ ਜਾ ਕੇ ਬਾਪੂ ਹੁਣਾਂ ਨੂੰ ਦੱਸਿਆ ਬਾਪੂ ਹੁਣੀ ਉਸ ਵੇਲੇ ਮਹਾਰਾਜ ਦਾ ਪਾਠ ਹੀ ਕਰ ਰਹੇ ਸੀ ਉੱਪਰ ਜਿੱਦਾਂ ਉਹਨਾਂ ਨੂੰ ਪਤਾ ਸੀ ਉਹ ਬੜੇ ਜਾਣੀ ਜਾਣ ਸੀ ਉਹਨਾਂ ਨੂੰ ਪਤਾ ਸੀ ਕਿ ਕੁਛ ਬੰਦੇ ਕਰਨ ਗਏ ਆ ਅਤੇ ਆ ਸਕਦੇ ਆ ਜਦੋਂ ਇਹ ਗਏ ਉਹਨਾਂ ਨੇ ਸਮਾਰਕ ਹੈ ਨਾ ਰੱਖਿਆ ਅਤੇ ਬਾਹਰ ਆਏ ਉਹਨਾਂ ਨੇ ਕਿਹਾ ਕਿ ਆ ਗਏ ਠੀਕ ਹੋ ਗਿਆ ਇਹਨਾਂ ਨੇ ਕਿਹਾ ਹਾਂ ਠੀਕ ਹੋ ਗਿਆ ਫਿਰ ਹੁਣ ਦੱਸੋ ਅਤੇ ਇਹਨਾਂ ਨੇ ਕਿਹਾ ਕਿ ਆਹ ਆਇਆ ਜਿੱਥੇ ਅਸੀਂ ਰੱਖਣਾ ਸੀ ਪੈਸਾ ਉਹ ਥਾਂ ਨਹੀਂ ਹੁਣ ਸਾਡੇ ਕੋਲ ਟਰੱਕ ਭਰਿਆ ਪਿਆ ਇਹਨੂੰ ਰੱਖਣਾ ਕਿੱਥੇ ਹੈ ਨਾ ਉਹ ਕਹਿੰਦੇ ਗੁਰੂ ਦਾ ਘਰ ਆ ਅਤੇ ਗੁਰੂ ਦੇ ਰਾਹ 'ਤੇ ਪੈਸਾ ਆ ਇਹੀ ਪ੍ਰੋਪਰ ਜਗ੍ਹਾ ਆ ਤੁਸੀਂ ਇੱਥੇ ਹੀ ਰੱਖ ਦਿਉ ਜਾਣੀ ਕਿ ਜਿਹੜੀ ਲਾਇਬ੍ਰੇਰੀ ਵਾਲੇ ਪਿੱਛੇ ਸੀ ਉਹਦੇ ਪਿੱਛੇ ਹੋਰ ਆਪਣੇ ਅਲਮੇਰਾਸ ਬਣੇ ਸੀ ਕਿ ਤੁਸੀਂ ਇਹਦੇ ਪਿੱਛੇ ਹੀ ਉੱਥੇ ਹੀ ਫਿਰ ਰੱਖ ਦਿੱਤਾ ਅਤੇ ਫਿਰ ਕਈ ਮਹੀਨੇ ਪਿਆ ਰਿਹਾ ਅਤੇ ਉੱਥੋਂ ਚਰਨਜੀਤ ਸਿੰਘ ਅਤੇ ਹਰਜਿੰਦਰ ਸਿੰਘ ਹੋਣਾ ਨੇ ਉੱਥੋਂ ਫਿਰ ਸਾਰੇ ਥਾਂ ਅੱਗੇ ਪਿੱਛੇ ਕੀਤਾ ਅਤੇ ਉਹ ਬਾਪੂ ਹੋਣਾ ਬਾਰੇ ਗੱਲ ਕਰੀਏ ਵੀ ਉਹ ਬੜੀ ਉੱਚੀ ਅਵਸਥਾ ਵਾਲੀ ਸਾਨੂੰ ਠਹਿਰ ਚਰਨਜੀਤ ਸਿੰਘ ਹੋਣਾ ਨੇ ਦਿੱਤੀ ਸੀ ਉਹਨਾਂ ਨੇ ਸਾਨੂੰ ਅੱਗੇ ਬਹੁਤ ਠਹਿਰਾਂ ਦਿੱਤੀਆਂ ਅਤੇ ਉਹਨਾਂ ਕੋਲ ਬਹੁਤ ਵੱਡੀ ਲਾਇਬ੍ਰੇਰੀ ਸੀ ਬਹੁਤ ਪੜ੍ਹੇ ਸੀਗੇ ਇੰਗਲਿਸ਼ ਫਾਰਸੀ ਸਾਰੇ ਜਾਣਕਾਰ ਸੀ ਸਰਕਾਰੀ ਵੱਡੀ ਨੌਕਰੀ 'ਤੇ ਰਹੇ ਸੀ ਉਹਨਾਂ ਦੇ ਰਿਸ਼ਤੇਦਾਰ ਵੱਡੀਆਂ ਨੌਕਰੀਆਂ ਉੱਥੇ ਵੀ ਉਹਨਾਂ ਨੇ ਠਹਿਰਾਂ ਸਾਨੂੰ ਬਣਾ ਕੇ ਦਿੱਤੀਆਂ ਦਿੱਲੀ ਚੰਡੀਗੜ੍ਹ ਅਤੇ ਉਹਨਾਂ ਕੋਲ ਅਸੀਂ ਕੋਈ 15 ਬੰਦੇ ਜੀ ਰਹਿੰਦੇ ਰਹੇ ਹਾਂ ਜਿਹੜੇ ਬੈਂਕ ਵਾਲੇ ਇਹਨਾਂ 'ਚੋਂ ਅੱਧੇ ਹੋਰ ਕਈ ਬੰਦੇ ਜਿੱਦਾਂ ਗੁਰਜੰਟ ਸਿੰਘ ਦਰਸ਼ਨ ਸਿੰਘ ਡੱਲਾ ਬਾਬਾ ਸੁਰਿੰਦਰ ਸਿੰਘ ਸਤਪਾਲ ਸਿੰਘ ਢਿੱਲੋਂ ਗੁਰਦੇਵ ਸਿੰਘ ਉਸਮਾਨ ਵਾਲਾ ਇਹੋ ਜਿਹੇ ਹੋਰ ਸਿੰਘ ਅਤੇ 10 ਕੁ ਬੰਦੇ ਬੈਂਕ ਵਾਲੇ 15 ਬੰਦੇ ਉੱਥੇ ਲਾਉਂਦੇ ਅਤੇ ਜਿੰਨਾ ਚਿਰ ਮਰਜ਼ੀ ਉੱਥੇ ਰਹਿੰਦੇ ਹੁੰਦੇ ਸੀ ਉੱਥੇ ਮਹਾਰਾਜ ਪ੍ਰਕਾਸ਼ ਸੀ ਠਹਿਰ ਸੀ ਬਾਗ ਦੇ ਵਿੱਚ ਮੇਨ ਇੱਕ ਰੋਡ ਦੇ ਉੱਤੇ ਅਤੇ ਉੱਥੇ ਸਾਡਾ ਵੈਪਨ ਵੀ ਪਏ ਹੁੰਦੇ ਬਾਪੂ ਬਹੁਤ ਉੱਚੀ ਅਵਸਥਾ ਵਾਲਾ ਸੀ ਉਹਨਾਂ ਦਾ ਸਾਰੇ ਸੰਤ ਮਹਾਤਮਾ ਜਿੱਦਾਂ ਬਾਬਾ ਗੁਰਬਚਨ ਸਿੰਘ ਜੀ ਬਾਬਾ ਕਰਤਾਰ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਸੰਤ ਹਰਨਾਮ ਸਿੰਘ ਗਿਆਨ ਵਾਲੇ ਸੰਤ ਰਾਮਪੁਰ ਖੇੜੇ ਵਾਲੇ ਇਹਨਾਂ ਸਾਰਿਆਂ ਨਾਲ ਸੰਗਤ ਰਹੀ ਸੀ ਇਹਨਾਂ ਦੇ ਘਰ ਆਉਂਦੇ ਜਾਂਦੇ ਰਹੇ ਸੀ ਅਤੇ ਉਹ ਸਾਨੂੰ ਬਹੁਤ ਕੁਛ ਦੱਸਦੇ ਸੀ ਅਤੇ ਉਹ ਸਿੱਖ ਰਾਜ ਦੇ ਬਹੁਤ ਹੀ ਮਦਦੀ ਸੀ ਅਤੇ ਉਡੀਕਦੇ ਸੀ ਕਿ ਇੰਨੇ ਚਿਰ ਤੋਂ ਕੋਈ ਸਿੱਖ ਰਾਜ ਦੀ ਗੱਲ ਚੱਲੇ ਅਤੇ ਉਹ ਉਹਨਾਂ ਨੇ ਸਾਰਾ ਕੁਛ ਪੜ੍ਹਿਆ ਸੀ ਦੁਨੀਆ ਦਾ ਇਤਿਹਾਸ ਖਾਸ ਕਰਕੇ ਮਿਲਟਰੀ ਬਾਰੇ ਅਤੇ ਗਰੀਲਾ ਵਾਰਫੇਅਰ ਬਾਰੇ ਉਹ ਜਿੱਦਾਂ ਸਾਨੂੰ ਚੀਕ ਵਗੈਰਾ ਮਾਓ ਜਾਂ ਵਾਰ ਐਂਡ ਪੀਸ ਸਾਨੂੰ ਬਹੁਤ ਕਿਤਾਬਾਂ ਦਿੰਦੇ ਸੀ ਉੱਥੇ ਮੈਂ ਕਾਫੀ ਕਿਤਾਬਾਂ ਉੱਥੋਂ ਪੜ੍ਹੀਆਂ ਈਵਨ ਦੇਖੋ ਮਾਓ ਦੀ ਜਿਹੜੀ ਉਹ ਰੈੱਡ ਬੁੱਕ ਸੀ ਉਹਨਾਂ ਨੇ ਮੂਵਮੈਂਟ ਚੱਲਣ ਤੋਂ ਪਹਿਲਾਂ ਉਹਨਾਂ ਨੇ ਉਸ ਇੱਥੇ ਗਰੀਲਾ ਵਾਰ 'ਤੇ ਕਿਵੇਂ ਐਪਲੀਕੇਬਲ ਹੋਵੇਗੀ ਉਹਦੇ ਬਾਰੇ ਪੰਜਾਬੀ 'ਚ ਨੋਟ ਬਣਾ ਕੇ ਰੱਖੇ ਹੋਏ ਸੀ ਅੱਛਾ ਉਹ ਵੀ ਮੇਰੇ ਕੋਲ ਸੀਗੀ ਕਿਤੇ ਗੁੰਮ ਗਈ ਜਿਹੜੀ ਠਹਿਰ ਤੋਂ ਅਸੀਂ ਫੜੇ ਗਏ ਉੱਥੇ ਸੀਗੀ ਨੋਟਸ ਐਂਡ ਉਹ ਪੁਲਿਸ ਵਾਲੇ ਲੈ ਜਾਂਦੇ ਜਿੱਦਾਂ ਮੁੜ ਕੇ ਕੁਛ ਬਾਈਪਨ ਦੇ ਨਾਲ ਨਾਲ ਕਿਤਾਬਾਂ ਵੀ ਤੁਹਾਡੇ ਕੋਲ ਹੁੰਦੀਆਂ ਹਾਂ ਉਹ ਸਾਰਾ ਕੁਛ ਪੁਲਿਸ ਵਾਲੇ ਲੈ ਗਏ ਉਹ ਠਹਿਰ ਤੋਂ ਉਹ ਜਿੰਨੀਆਂ ਵੀ ਕਿਤਾਬਾਂ ਸੀ ਹੋਰ ਬਹੁਤ ਉਹਨਾਂ ਦੇ ਨੋਟਸ ਜੋ ਪਰਸਨਲੀ ਉਹਨਾਂ ਨੇ ਬਣਾਏ ਹੋਏ ਸੀ ਆਪਣੀ ਸੰਘਰਸ਼ ਚੱਲਣ ਤੋਂ ਪਹਿਲਾਂ ਕਿ ਇੱਥੇ ਜੇ ਗਰੀਲਾ ਵਾਰਫੇਅਰ ਸਿੱਖ ਰਾਜ ਨੇ ਚੱਲਣੀ ਤਾਂ ਕੀ ਹੋਣਾ ਚਾਹੀਦਾ ਕੀ ਕਿੱਦਾਂ ਕਿੱਦਾਂ ਹੋਊਗਾ
ਉਹ ਇੱਦਾਂ ਦੇ ਬੰਦੇ ਸੀ ਅਤੇ ਉਹਨਾਂ ਦਾ ਪਰਿਵਾਰ ਉਹ ਵੀ ਉਹਨਾਂ ਨਾਲ ਸਹਿਮਤ ਸੀ ਪਰ ਉਹ ਬੜੇ ਜਾਣੀ ਕਿ ਨਰਮ ਬੰਦੇ ਸੀ ਹੈ ਨਾ ਸੇਵਾ ਤਾਂ ਬਹੁਤ ਕਰਦੇ ਸੀ ਜਦੋਂ ਫਿਰ ਉਹ ਪੂਰੇ ਹੋ ਗਏ ਬਾਪੂ ਜਦੋਂ ਅਸੀਂ ਜੇਲ੍ਹ ਸੀ ਫਿਰ ਅਸੀਂ ਮੁੜ ਕੇ ਉਹਨਾਂ ਕੋਲ ਨਹੀਂ ਗਏ ਤੁਸੀਂ ਇਹ ਦੇਖੋ ਕਿ ਉਹ ਟੇਰੀ ਠਹਿਰਾ ਉਹਨਾਂ ਨੇ ਸਾਨੂੰ ਹੋਰ ਵੀ ਠਹਿਰਾਂ ਦਿੱਤੀਆਂ ਅਤੇ ਉੱਥੇ ਅਸੀਂ 15 ਬੰਦੇ ਆ ਗਏ ਉਹਨਾਂ 'ਚੋਂ 12 ਕੁ ਬੰਦੇ ਡੈਥ ਟੋਰਚਰ ਹੋਏ ਅੱਛਾ ਅਤੇ ਉਹ ਠਹਿਰ ਦਾ ਕਿਸੇ ਨੇ ਨਹੀਂ ਦੱਸਿਆ ਵਿੱਚੋਂ 3-4 ਬੰਦੇ 2-2 ਸਾਲ ਰਹੇ ਜਿੱਦਾਂ ਦਰਸ਼ਨ ਸਿੰਘ ਡੱਲੇ ਵਰਗੇ ਜਿੱਦਾਂ ਹੁਣ ਮਨਵੀਰ ਸਿੰਘ ਜੇਹਲੂ ਵਰਗੇ ਉਹ ਵੀ ਸਾਰੇ ਗਏ ਹੋਏ ਕਿਸੇ ਨੇ ਨਹੀਂ ਦੱਸਿਆ ਕਿ ਇਹੋ ਜਿਹੇ ਬੰਦੇ ਸੀਗੇ ਉਹੋ ਜਿਹੀਆਂ ਬਖਸ਼ਿਸ਼ਾਂ ਸੀਗੀਆਂ ਇਹੋ ਜਿਹੇ ਠਹਿਰਾਂ ਵਾਲੇ ਸੀ ਕਿਉਂਕਿ ਤਾਂ ਠਹਿਰਾਂ ਵਾਲੇ ਇੰਨੀ ਕਮਾਈ ਵਾਲੇ ਸੀ ਜਿਹਨਾਂ ਨੂੰ ਪਹਿਲਾਂ ਪਤਾ ਸੀ ਕਿ ਇਹ ਜੰਗ ਚੱਲਣੀ ਜਦੋਂ ਅਸੀਂ ਬੈਂਕ ਵਾਲਾ ਕਰ ਰਹੇ ਸੀ ਉਹਨਾਂ ਨੇ ਆਪਣੀ ਕਮਾਈ ਦਾ ਪਤਾ ਸੀ ਕਿ ਅੱਜ ਉਹਨਾਂ ਨੇ ਕੰਮ ਕਰ ਰਹੇ ਆ ਸਕਦੇ ਉਹ ਪਾਠ ਕਰ ਰਹੇ ਸੀ ਅਤੇ ਫਿਰ ਸਿੰਘ ਇੰਨੇ ਗਏ ਅਤੇ ਇੰਨੇ ਉਹਨਾਂ ਨੇ ਸਾਂਭੇ ਅਤੇ ਉੱਥੇ ਵੈਪਨ ਪਏ ਹੁੰਦੇ ਸੀ ਉਹਨਾਂ ਨੇ ਕਮਾਦ ਲਾ ਦਿੱਤਾ ਸੀ ਆਲੇ ਦੁਆਲੇ 15-20 ਕਿੱਲਿਆਂ 'ਚ ਕਿ ਜੇ ਮੁਕਾਬਲਾ ਹੁੰਦਾ ਤੁਸੀਂ ਜਾਣੀ ਨਿਕਲਣ ਆਇਆ ਘਰ ਵਾਰੀ ਨਹੀਂ ਸੋਚਣਾ ਮਾਰ ਕੇ ਨਿਕਲ ਜਾਣਾ ਅਤੇ ਫਿਰ ਉਹ ਸਿੰਘ ਜਿਹੜੇ ਫੜੇ ਗਏ ਉਹ ਸਿੰਘ ਦੇਖੋ ਜਿੱਥੇ ਜਿਹੜੇ ਫੜੇ ਗਏ ਬਾਬਾ ਸੁਰਿੰਦਰ ਸਿੰਘ ਦਰਸ਼ਨ ਸਿੰਘ ਡੱਲਾ ਗੁਰਦੇਵ ਸਿੰਘ ਸਮਾਨ ਵਾਲਾ ਔਰ ਕਿਹਨਾਂ ਕਿਹਨਾਂ ਦੇ ਮਨਵੀਰ ਸਿੰਘ ਆਪਣੇ ਜਿੰਦਾ ਕਿੰਨਾ ਚਿਰ ਅੰਦਰ ਰਹੇ ਆ ਮਥੁਰਾ ਸਿੰਘ ਇਹ ਸਾਰੇ ਫੜੇ ਗਏ ਚਰਨਜੀਤ ਸਿੰਘ ਤਲਵੰਡੀ ਕਦੇ ਕਿਸੇ ਨੇ ਉਸ ਠਹਿਰ 'ਤੇ ਕਦੇ ਕੋਈ ਗੱਲ ਨਹੀਂ ਗਈ ਮੈਂ ਵੀ ਜਦੋਂ ਫੜਿਆ ਗਿਆ ਮੈਂ ਕਦੀ ਕਈ ਵਾਰ ਉਹਨਾਂ ਕੋਲ ਦੀ ਲੰਘੀ ਦਾ ਮੈਂ ਕਦੀ ਨਹੀਂ ਗਿਆ ਉੱਥੇ ਉਹਨਾਂ 'ਤੇ ਕੋਈ ਇਹੋ ਜਿਹੇ ਕਰੈਕਟਰ ਸੀਗੇ ਉਹ ਬਾਪੂ ਵਰਗੇ ਉਹ ਠਹਿਰਾਂ ਵਰਗੇ ਅਤੇ ਇਹ ਜਰਨ ਵਾਲੇ ਜਿਨ੍ਹਾਂ ਕਰਕੇ ਇਹ ਸੰਘਰਸ਼ ਚੱਲਦਾ ਸੀਗਾ ਚੱਲਿਆ ਇਹ ਕੋਈ ਆਮ ਸੰਘਰਸ਼ ਨਹੀਂ ਸੀ ਕਿ ਉੱਦਾਂ ਹੀ ਬੰਦੇ ਆ ਗਏ ਵਕਤੀ ਗੱਲਾਂ ਕਰਕੇ ਉਹਨਾਂ ਨੇ ਹਥਿਆਰ ਚੱਕ ਲਏ ਜਾਂ ਕੋਈ ਇੱਥੇ ਕੋਈ ਸਰਕਾਰ ਬਦਲ ਲਏ ਜਾਂ MLA ਬਣਨ ਲਈ ਜਾਂ ਕਿਸੇ ਤੋਂ ਕੋਈ ਬਦਲੇ ਦੀ ਗੱਲ ਸੀ ਜਾਂ ਕਿਸੇ ਨੂੰ ਸੋਧਣ ਦੀ ਗੱਲ ਸੀ ਗੁੱਸੇ ਦੀ ਗੱਲ ਸੀ ਇਹ ਗੱਲਾਂ ਨਹੀਂ ਸੀ ਇਹ ਗੱਲਾਂ ਇਹ ਤਾਂ ਗੁਰੂ ਦੇ 'ਚ ਰਾਹ ਆ ਇਹੀ ਜਾਣੀ ਕਿ ਖਾਲਸੇ ਦੀ ਸਾਜਨਾ ਵਾਲੀ ਜਿਹੜੀ ਨਿਮਾਣੇ ਨਾ ਖੜਨ ਜੁਰਮਾਣੇ ਦਾ ਵਿਰੋਧ ਕਰਨਾ ਖਾਲਸਾ ਰਾਜ ਕੰਮ ਕਰਨਾ ਸਰਬ ਦੇ ਪਲੇ ਦਾ ਹਲੇਮੀ ਰਾਜ ਜਿਹੜਾ ਸਾਡਾ ਫਰਜ਼ ਬਣਦਾ ਜੋ ਸਾਡਾ ਰਾਹ ਆ ਇਹ ਉਹ ਸੀਗਾ ਅਤੇ ਜਿਹੜੀ ਅਸਲ ਤੱਤ ਵਾਲੇ ਬੰਦੇ ਸੀ ਜਿਹਨੂੰ ਮੈਂ ਜਿਹਨੂੰ ਕਹਿੰਦਾ ਮੁੱਖ ਧਾਰਾ ਸੀ ਸੰਘਰਸ਼ ਦੀ ਜਿੱਦਾਂ ਇਹੋ ਜਿਹੇ ਸਿੰਘ ਜਿਹਨਾਂ ਦੇ ਆਪਾਂ ਨਾ ਗੱਲ ਕੀਤੀ ਆ ਬੈਂਕ ਵਾਲੇ ਜਾਂ ਉਹ ਠਹਿਰ ਵਾਲੇ ਇਹ ਉਹ ਤੁਰੇ ਵਾਲੇ ਬੰਦੇ ਸੀ ਅਤੇ ਉਹਨਾਂ ਵਾਲੇ ਦੁਆਲੇ ਜਿਹੜੇ ਠਹਿਰਾਂ ਵਾਲੇ ਅਤੇ ਸਿੰਪਥਾਈਜ਼ਰ ਉਹ ਇਹੋ ਜਿਹੇ ਸੀ ਬੰਦੇ ਜਿੱਦਾਂ ਦੇ ਬਾਪੂ ਵਰਗੇ ਜਾਂ ਜਿੱਦਾਂ ਹੁਣ ਕੱਲ੍ਹ ਅਸੀਂ ਸਤਪਾਲ ਸਿੰਘ ਢਿੱਲੋਂ ਉਹਨਾਂ ਦੀ ਬਰਸੀ ਮਨਾ ਕੇ ਆਏ ਜਾਂ ਉਹਨਾਂ ਦਾ ਜਿਹੜਾ ਪਰਿਵਾਰ ਸੀ ਜਾਂ ਆਲੇ ਦੁਆਲੇ ਪਿੰਡ ਸੀ ਜਿਹੜੇ ਸਾਨੂੰ ਸਾਂਭਦੇ ਸੀਗੇ ਜਾਂ ਸਦਾਈ ਅਰਦਾਸ ਕਰਦੇ ਸੀ ਕਦੀ ਕੁਛ ਨਹੀਂ ਸੀ ਦੱਸਦੇ ਸਾਰਾ ਕੁਛ ਤਬਾਹ ਹੋ ਜਾਣਾ ਉਹਨਾਂ ਨੂੰ ਕਦੀ ਨਹੀਂ ਕਿਹਾ ਕਿ ਸਾਡਾ ਆਹ ਹੋ ਗਿਆ ਸਾਨੂੰ ਆਹ ਚਾਹੀਦਾ ਆ ਉਹ ਅੱਜ ਵੀ ਨਹੀਂ ਕਹਿੰਦੇ ਆਹ ਜਿਹੜੇ ਰੌਲੇ ਪਾਉਂਦੇ ਕਿ ਸਾਡਾ ਆਹ ਨੁਕਸਾਨ ਹੋ ਗਿਆ ਸਾਨੂੰ ਆਹ ਨਹੀਂ ਸਾਂਭਿਆ ਪੈਸਾ ਕਿੱਥੇ ਚਲਾ ਗਿਆ ਸਾਨੂੰ ਕੋਈ ਖੱਟੀਆਂ ਨਹੀਂ ਆਹ ਨਹੀਂ ਮਿਲਿਆ ਸਾਡਾ ਆਹ ਨੁਕਸਾਨ ਹੋ ਗਿਆ ਉਹ ਹੋਰ ਅਵਸਥਾ ਵਾਲੇ ਨੇ ਉਹ ਹੋਰ ਦਾਇਰੇ ਵਾਲੇ ਨੇ ਉਹ ਜਿਹੜੇ ਅਸਲ ਦਾਇਰੇ ਵਾਲੇ ਬੰਦੇ ਆ ਜਿਹੜੇ ਅਸਲ ਅਕਾਲੀ ਆ ਜਿਹੜੇ ਅਸਲ ਪੰਥ ਵਾਲੇ ਆ ਅਸਲ ਗੁਰੂ ਖਾਲਸਾ ਪੰਥ ਆ ਜਿਹੜੀ ਪੁਰਾਣੀ ਇੱਕ ਪਰੰਪਰਾ ਆ ਬਾਬਾ ਦੀਪ ਸਿੰਘ ਤੋਂ ਜਿਹੜੀ ਬਾਬਾ ਜੱਸਾ ਸਿੰਘ ਆਲੂਵਾਲੀਆ ਤੋਂ ਬਾਬਾ ਫੂਲਾ ਸਿੰਘ ਅਤੇ ਜਿਹੜੇ ਵੀ ਸ਼ਹੀਦ ਆ ਜਿੱਦਾਂ ਆਪਣੇ ਰਤਨ ਸਿੰਘ ਰੱਕੜ ਜਿੱਦਾਂ ਆਪਣੇ ਜਿੰਨੇ ਵੀ ਸੀ ਬਾਬਾ ਫੌਜਾ ਸਿੰਘ ਸੰਤ ਜਰਨੈਲ ਸਿੰਘ ਜਿਹੜੀ ਇਹ ਸਾਰੀ ਲੜੀ ਆ ਜੜਿਆ ਸਿੰਘ ਇਹ ਇੱਕੋ ਹੀ ਲੜੀ ਆ ਇਹਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਵਾਲਾ ਜਿਹੜਾ ਸ਼ਹੀਦ ਪਿਆ ਆ ਜਿਹੜਾ ਗੁਰਮੁਖ ਦਾ ਸ਼ਹੀਦ ਵਾਲਾ ਰੂਪ ਆ ਉਹ ਆ ਉੱਥੋਂ ਦੀ ਸੀ ਅਸੀਂ ਜੇ ਤੁਰੇ ਹਾਂ ਅਸੀਂ ਇੰਨਾ ਚਿਰ ਤੁਰੇ ਹਾਂ ਅੱਜ ਵੀ ਉਸੇ ਰਾਹ 'ਤੇ ਚੱਲ ਰਹੇ ਹਾਂ ਇਹਨਾਂ ਸਾਡੇ ਸਿੰਘਾਂ ਨੇ ਸਾਰਾ ਪੁਰਾਣਾ ਇਤਿਹਾਸ ਜੋ ਅਸੀਂ ਅਰਦਾਸ 'ਚ ਕਹਿੰਦੇ ਹਾਂ ਕਿ ਆਹ ਰੋਜ਼ ਹੈ ਨਾ ਉਹ ਇਹਨਾਂ ਸਮਿਆਂ 'ਚ ਦੁਹਰਾ ਦਿੱਤਾ ਦੇਗਾਂ 'ਚ ਵਾਲੇ ਗਏ ਗੁਰਦੇਵ ਸਿੰਘ ਹੋਣੀ ਦੇਬੂ ਹੋਣੀ ਹੈ ਨਾ ਨੋਚੇ ਗਏ ਰਾਜੀ ਹੋਣੀ ਇੱਕ ਬੰਦ ਬੰਦ ਕੱਟਿਆ ਗਿਆ ਜਿਹਨਾਂ ਦੀ ਤੁਸੀਂ ਰਾਜੀ ਹੋਣੀ ਅਤੇ ਮਨਵੀਰ ਸਿੰਘ ਸੁਲੱਖਣ ਸਿੰਘ ਅਤੇ ਅਨੋਖ ਸਿੰਘ ਵਰਗਿਆਂ ਦੀਆਂ ਅੱਖਾਂ ਬਾਂਹ ਕੱਢੀਆਂ ਗਈਆਂ ਉਹ ਉਹਨਾਂ ਨੇ ਦੁਹਰਾ ਦਿੱਤਾ ਉਹਨਾਂ ਨੇ ਜੋ ਖਾਲਸੇ ਦਾ ਰਾਹ ਸੀ ਜੋ ਖਾਲਸੇ ਦਾ ਕਰੈਕਟਰ ਸੀ ਅਸਲ ਅਕਾਲੀ ਦਾ ਜੋ ਉਹਦਾ ਫਰਜ਼ ਸੀਗਾ ਹਲੇਮੀ ਰਾਜ ਵਾਲਾ ਅਤੇ ਇੱਕ ਆਦਰਸ਼ ਰਾਜ
ਤੇ ਜੋ ਖਾਲਸੇ ਦਾ ਕਰੈਕਟਰ ਸੀ ਉਹ ਇਹਨਾਂ ਸਮਿਆਂ ਚ ਦੱਸਦਾ ਕਿ ਉਹ ਸਦਾ ਲਈ ਆ, ਉਹ ਪੁਰਾਣੀਆਂ ਗੱਲਾਂ ਨਹੀਂ ਗੀਆਂ, ਬਿਲਕੁਲ ਉਹ ਸਦਾ ਲਈ ਆ। ਉਦੋਂ ਵੀ ਸੀ ਸੰਘਰਸ਼ ਵੇਲੇ ਤੇ ਹੁਣ ਵੀ ਆ, ਤੇ ਉਹ ਕਰੈਕਟਰ ਸਦਾ ਲਈ ਆ। ਉਹ ਉਹਨਾਂ ਨੇ ਕਰੈਕਟਰ ਲਿਵ ਕਰ ਦਿੱਤੇ ਉਸ ਸਮੇਂ, ਹੋਏ ਤਾਂ ਗੁਰੂ ਦੀ ਬਖਸ਼ਿਸ਼ ਨਾ ਆ ਕੁਛ ਬੰਦਿਆਂ ਦੇ ਥਰੂ ਲਿਵ ਕਰਕੇ ਦਿਖਾ ਤੇ। ਉਹਨਾਂ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਹਨਾਂ ਨੇ ਸਾਡਾ ਸਮੁੱਚਾ ਜਿਹੜਾ ਇਤਿਹਾਸ ਆ, ਜੰਗ ਦਾ, ਸ਼ਹਾਦਤ, ਖਾਲਸਾ ਪੰਥ ਦਾ ਜਿਹੜਾ ਕਰਦਾਰਾਂ ਦਾ ਆ ਇਤਿਹਾਸ, ਉਹ ਦੁਹਰਾ ਦਿੱਤਾ। ਤੇ ਉਹ ਵੈਲਿਊਜ ਜਿਹਨਾਂ ਲਈ ਉਹ ਸਾਰਾ ਜੰਗ ਤੇ ਸ਼ਹਾਦਤਾਂ ਹੁੰਦੀਆਂ ਆ, ਉਹ ਵੈਲਿਊਜ਼ ਜਿਹੜੀ ਗੁਰਮੁਖ ਵਾਲੀ, ਗੁਰਮੁਖਤਾਈ ਵਾਲਾ ਸਮਾਜ ਵਾਲੀ, ਬੇਗਮਪੁਰ ਵਾਲੀ, ਅਤੇ ਜੋ ਹਲੇਮੀ ਰਾਜ ਆ ਸਰਬਤ ਦੇ ਭਲੇ ਵਾਲਾ, ਜਿੱਥੇ ਕੋਈ ਬਿਤਕਰਾ ਨਹੀਂ, ਜਿੱਥੇ ਚਾਵਾਂ ਅਮੰਗ ਆ ਅਤੇ ਸਰਬਤ ਦੇ ਭਲੇ ਦਾ ਆ, ਕਾਇਨਾਤ ਦਾ, ਸਾਰਿਆਂ ਨੂੰ ਕੋਪਰੇਸ਼ਨ ਦਾ ਆ, ਸਾਰਿਆਂ ਨੇ ਹਲੇਮੀ ਰਾਜ, ਹੰਨੇ ਹੰਨੇ ਪਾਤਸ਼ਾਹੀ ਦਾ ਆ, ਜਿੱਥੇ ਥੱਲੇ ਤੱਕ ਸੋਵਰਨਿਟੀ ਦਾ ਆ, ਜਿੱਥੇ ਥੱਲੇ ਤੱਕ ਸੈਲਫ ਡਿਟਰਮੀਨੇਸ਼ਨ ਦਾ ਆ, ਉਹ ਰਾਜ ਲਈ ਖੜ ਕੇ ਉਹਨਾਂ ਨੇ ਇਹਨਾਂ ਸਮਿਆਂ 'ਚ ਸ਼ਹਾਦਤ ਦਿੱਤੀ ਆ, ਗਵਾਹੀ ਦਿੱਤੀ ਹੈ, ਸ਼ਾਦ ਦਾ ਮਤਲਬ ਹੀ ਗਵਾਹੀ। ਤੇ ਅਸੀਂ ਉਸ ਹੀ ਰਾਹ ਤੇ ਚੱਲ ਰਹੇ, ਇਹ ਰਾਹ ਉਹੀ ਹੈ। ਇਹ ਜੋ ਹੁਣ ਗੱਲਾਂ ਕਈ ਬੰਦੇ ਸਾਡੇ ਚੋਂ ਕਰ ਦਿੰਦੇ ਆ, ਜਦੋਂ ਇੱਕ ਤੁਸੀਂ ਇੱਕ ਨਿਰਾਸ਼ਾ ਜਾਂ ਟਹਿੰਦੀ ਕਲਾ 'ਚ ਆ ਜਾਂਦੇ, ਜਾਂ ਅਸਲ ਸੰਘਰਸ਼ ਟੁੱਟ ਜਾਂਦੇ, ਜਾਂ ਹੋਰ ਬੰਦੇ ਸਾਡੇ ਸਿੱਖਾਂ 'ਚੋਂ ਕਰਦੇ ਆ, ਜਿਹਨਾਂ ਨੂੰ ਅਸੀਂ ਕਈ ਬੁੱਧੀਜੀਵੀ ਇੰਟਲੈਕਟ 'ਚ ਕਹਿੰਦੇ ਹਾਂ, ਜਾਂ ਹੋਰ ਕੋਈ ਲੀਡਰ ਵੀ ਕਰ ਦਿੰਦੇ ਆ ਕਿ ਉਹ ਕਾਲਾ ਦੌਰ ਸੀ, ਉਹ 'ਚ ਅਸੀਂ ਕੀ ਖੱਟਿਆ, ਦਸਖਾਓ ਕੀ ਖੱਟਿਆ, ਜਾਣੀ ਕਿ ਉਹਨਾਂ ਨੂੰ ਖੱਟਿਆ ਲੱਗਦਾ ਹੁੰਦਾ ਕਿ ਸਾਡੀ ਸਰਕਾਰ ਨਹੀਂ ਬਣੀ, MLA ਨਹੀਂ ਬਣੇ, ਜਾਂ MP ਨਹੀਂ ਬਣੇ, ਜਾਂ ਕਈਆਂ ਨੂੰ ਬੰਦੇ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ, ਸਾਨੂੰ ਉਹ ਨਹੀਂ ਮਿਲਿਆ, ਹੈ ਨਾ, ਉਹ ਦੇਖਦੇ ਕਿ ਉਹ ਦੂਸਰੇ ਬੰਦੇ ਤਾਂ ਇੰਨੇ ਤਰੱਕੀ ਕਰ ਗਏ, ਅਸੀਂ ਨਹੀਂ ਹੋ ਗਿਆ, ਉਹ ਗੱਲਾਂ ਹੋ ਰਹੀਆਂ। ਇਹ ਜਿਹੜਾ ਸੰਘਰਸ਼ ਕਰਨ ਵਾਲੇ, ਜਿਹੜਾ ਸਲਤਨਤ ਵਾਲੇ ਸੀ, ਉਹ ਇਹਨਾਂ ਗੱਲਾਂ ਕਰਕੇ ਨਹੀਂ ਸੀ ਸੰਘਰਸ਼ 'ਚ ਆਏ, ਅਸੀਂ ਇਹਨਾਂ ਗੱਲਾਂ ਕਰਕੇ ਸੰਘਰਸ਼ 'ਚ ਨਹੀਂ ਸੀ ਆਏ। ਅਸੀਂ ਕੋਈ ਇਹੋ ਜਿਹੀਆਂ ਅਹੁਦੇਦਾਰੀਆਂ, ਇਹੋ ਜਿਹੀਆਂ ਕੋਈ ਅਮੀਰੀਆਂ ਜਾਂ ਇਹੋ ਜਿਹੀਆਂ ਪਾਵਰਾਂ, ਠੀਕ ਆ, ਇਹ ਵੀ ਜਦੋਂ ਖਾਲਸੇ ਦਾ ਰਾਜ ਹੋਣਾ ਸਰਬਤ ਦੇ ਭਲਾ, ਇਹ ਵੀ ਖਾਲਸੇ ਦੇ ਪੈਰਾਂ 'ਚ ਰੋਲੀਆਂ ਆ, ਉਦੋਂ ਉਹ ਖਾਲਸੇ ਦੀਆਂ ਹੀ ਆ, ਪਰ ਇਹ ਕੋਈ ਸਾਡਾ ਏਮ ਨਹੀਂ ਸੀ, ਨਾ ਹੀ ਸਾਡਾ ਹੁਣ ਇਹ ਏਮ ਆ ਇਹ। ਅਤੇ ਇਸੇ ਕਰਕੇ ਬਹੁਤ ਬੰਦੇ ਜਿਹੜੇ ਸਾਡੇ 'ਚੋਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪੈਂਦੇ ਆ ਕਿ ਖੱਟਿਆ ਕੀ, ਦਿਖਾਓ ਸਾਨੂੰ ਕੋਈ, ਉਹਨਾਂ ਨੂੰ ਦਿਖਦਾ ਨਹੀਂ, ਕਿਉਂਕਿ ਉਹਨਾਂ ਦੀ ਨਿਗਾਹ ਇਸ ਦੁਨੀਆ 'ਚ ਖੜੀ ਹੈ। ਸਹੀ। ਅਤੇ ਇਹ ਜਿਹੜੀ ਹੈ ਇਹਦੇ ਨਾਲ ਦੂਸਰੀ ਦੁਨੀਆ ਅੱਗੇ ਵਾਲੀ, ਲੜਿਆ ਦੂਸਰੀ ਦੁਨੀਆ ਕਰਕੇ ਹੀ ਜਾਂਦਾ ਆ, ਉਹ ਇਹਨਾਂ ਗੱਲਾਂ ਕਰਕੇ ਨਹੀਂ ਕੋਈ ਲੜਦਾ, ਜਿੱਦਾਂ ਤੁਸੀਂ ਕਹੋ ਕਿ ਆ ਇੱਥੇ ਦਾ ਕੀ ਆ, ਖਾਲਸਾ ਨਹੀਂ ਇਹਨਾਂ ਕਰਕੇ ਲੜਦਾ, ਖਾਲਸਾ ਜੰਗ ਜਾਂ ਸ਼ਹਾਦਤ ਇਹਨਾਂ ਸਿਰਫ ਇਹਨਾਂ ਕਰਕੇ ਨਹੀਂ ਕਰਦਾ, ਉਹ ਤਾਂ ਗੁਰੂ ਦੀ ਖੁਸ਼ੀ 'ਚ ਜੋ ਗੁਰੂ ਨੇ ਕਿਹਾ, ਉਹੋ ਜਿਹਾ ਅਕਾਲੀ ਸੱਤਾ ਵਾਲਾ ਰਾਜ ਲਿਆਉਣ ਲਈ, ਉਹਦੇ ਵਿੱਚ ਫਿਰ ਇਹ ਸਾਰੀਆਂ ਗੱਲਾਂ ਵੀ ਗਿਵਨ ਹੀ ਹੁੰਦੀਆਂ ਆ, ਇਹ ਬਖਸ਼ਿਸ਼ਾਂ ਹੀ ਹੁੰਦੀਆਂ ਆ। ਸਹੀ। ਪਰ ਇਹਨਾਂ ਨੂੰ ਨਖੇੜ ਕੇ ਗੱਲਾਂ ਕਰਨੀਆਂ, ਇਹ ਸਮਝਣਾ ਚਾਹੀਦਾ, ਇਹਦੇ ਨਾਲ ਇੱਕ ਗਲਤ ਅਰਥ ਜਾਂਦੇ ਆ ਪੰਥ ਦੇ ਵਿੱਚ, ਇਹ ਕਰੈਕਟ ਹੋਣੀਆਂ ਚਾਹੀਦੀਆਂ।